ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ। ਮੈਂ ਜਸਪ੍ਰੀਤ ਜੈਸ ਤੁਹਾਡਾ ਸਵਾਗਤ ਕਰਦਾ ਆਪਣੇ ਇਸ ਖਾਸ ਪ੍ਰੋਗਰਾਮ ਜਿਸ ਦਾ ਨਾਮ ਹੈ ਗੱਲਾਂ ਦਿਲ ਦੀਆਂ ਗੀਤਾਂ ਨਾਲ। ਤੁਹਾਨੂੰ ਦੱਸਣਾ ਚਾਹਾਂਗਾ ਕਿ ਅੱਜ ਸਫ਼ਰ ਦੇ ਵਿੱਚ ਜਿਹੜਾ ਅਸੀਂ ਸਫ਼ਰ ਤੈਅ ਕਰ ਰਹੇ ਹਾਂ ਉਹਦੇ ਵਿੱਚ ਅਸੀਂ ਤੁਹਾਡੇ ਨਾਲ 7 ਕਲਾਕਾਰਾਂ ਦੀ ਮੁਲਾਕਾਤ ਕਰਾ ਰਹੇ ਹਾਂ। ਉਹ 7 ਕਲਾਕਾਰ ਜਿਨ੍ਹਾਂ ਨੇ MF ਫਿਲਮਸ ਪ੍ਰੋਡਕਸ਼ਨ ਦੇ ਆਡੀਸ਼ਨ ਕਲੀਅਰ ਕਰਕੇ, ਉਸਦਾ ਪਹਿਲਾ ਰਾਊਂਡ ਕਲੀਅਰ ਕਰਕੇ, ਫਿਰ ਦੂਜੇ ਵਿੱਚ ਆਏ, ਦੂਜਾ ਕਲੀਅਰ ਕਰਕੇ ਫਿਰ ਉਹ ਗ੍ਰੈਂਡ ਫਿਨਾਲੇ ਵਿੱਚ ਆਏ। ਅਤੇ ਅੱਜ ਉਸ ਤੁਹਾਡੇ ਸਟੂਡੀਓ ਦੇ ਵਿੱਚ ਤਾਂ ਹੀ ਆਏ ਨੇ ਕਿਉਂਕਿ ਉਹਨਾਂ ਨੇ ਗ੍ਰੈਂਡ ਫਿਨਾਲੇ ਦੇ ਵਿੱਚ ਕੋਈ ਨਾ ਕੋਈ ਖਿਤਾਬ ਜਿੱਤਿਆ। ਤੁਹਾਨੂੰ ਮੈਂ ਜਿਵੇਂ ਪਹਿਲਾਂ ਮੁਲਾਕਾਤ ਕਰਾਈ ਆ, ਇੱਕ ਬੈਸਟ ਫੇਸ, ਬੈਸਟ ਮਾਡਲ ਜਾਂ ਮਿਸ ਇੰਡੀਆ, ਯਾਨੀ ਕਿ ਸੈਂਸੇਸ਼ਨ 2018 ਚੁਣੇ ਗਏ ਸੀਗੇ MF ਫਿਲਮ ਪ੍ਰੋਡਕਸ਼ਨ ਵੱਲੋਂ। ਹੁਣ ਉਸੀ ਤਰ੍ਹਾਂ ਮੈਂ ਇੱਕ ਆਰਟਿਸਟ ਨਾਲ ਮੁਲਾਕਾਤ ਕਰਾਉਣ ਜਾ ਰਿਹਾ। ਇਹ ਆਰਟਿਸਟ ਮਾਡਲ ਤਾਂ ਨਹੀਂ, ਲੁੱਕ ਹੈ ਮਾਡਲ ਵਰਗੀ, ਬਟ ਇਹ ਹੈ ਇੱਕ ਐਕਟਰ ਜਿਹਦੀ ਪਰਫੋਰਮੈਂਸ 'ਤੇ ਹੁਣ ਆਪਾਂ ਇੱਕ ਨਜ਼ਰ ਮਾਰਦੇ ਹਾਂ। ਆਓ ਅਤੇ ਆਪਾਂ ਗੱਲਬਾਤ ਕਰਾਂਗੇ ਪਰਫੋਰਮੈਂਸ ਤੋਂ ਬਾਅਦ ਇਸ ਕਲਾਕਾਰ ਦੇ ਨਾਲ ਜਿਸਦਾ ਨਾਮ ਹੈ ਧਨੰਜੇ। ਵਾਹ, ਤੁਸੀਂ ਦੇਖਿਆ ਕਿੰਨੀ ਵਧੀਆ ਪਰਫੋਰਮੈਂਸ ਰਹੀ ਧਨੰਜੇ ਦੀ। ਅਤੇ ਆਓ ਧਨੰਜੇ ਸਾਡੇ ਵਿੱਚ ਹਨ ਸਟੂਡੀਓ ਦੇ ਵਿੱਚ। ਧਨੰਜੇ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਰ। ਸਾਰੇ ਅੱਜ ਕਲਾਕਾਰ ਆਏ ਹੋਏ ਨੇ, ਇੰਨਾ ਵਧੀਆ ਰੋਲ ਰਿਹਾ ਤੁਹਾਡੇ ਸਾਰਿਆਂ ਦਾ ਇੱਕ ਗ੍ਰੈਂਡ ਫਿਨਾਲੇ 'ਚ। ਤੁਸੀਂ 4 ਚੰਨ ਲਗਾ ਦਿੱਤੇ, ਜਿਵੇਂ ਕਿ ਅਸੀਂ ਟ੍ਰੇਲਰ ਦੇ ਵਿੱਚ ਵੀ ਦੇਖਿਆ ਹੈਗਾ, ਅਸੀਂ ਉਹਦੇ ਵਿੱਚ ਵੀ ਦੇਖਿਆ ਹੈਗਾ, ਹੁਣੇ ਇੱਕ ਪ੍ਰੀਵਿਊ ਦੇਖਿਆ ਹੈਗਾ, ਇੱਕ ਕਲਿੱਪ ਦੇਖੀ ਹੈ, ਬੜਾ ਵਧੀਆ ਤੁਹਾਡੀ ਪਰਫੋਰਮੈਂਸ ਰਹੀ ਹੈ। ਅਤੇ ਤੁਹਾਡਾ ਸਫ਼ਰ ਕਿਵੇਂ ਸ਼ੁਰੂ ਹੋਇਆ MF ਦੇ ਨਾਲ? ਸਰ, ਮੈਂ ਫਸਟ ਪੋਜੀਸ਼ਨ ਲੁਧਿਆਣੇ 'ਚ ਦਿੱਤਾ ਸੀ ਸਰ, ਅਤੇ ਉਸ ਤੋਂ ਬਾਅਦ ਸਰ ਮੈਂ ਸੈਕਿੰਡ ਰਾਊਂਡ ਚੰਡੀਗੜ੍ਹ 'ਚ ਕੀਤਾ ਸੀ, ਅਤੇ ਉਸ ਤੋਂ ਬਾਅਦ ਸਰ ਫਿਰ ਮੈਂ ਗ੍ਰੈਂਡ ਫਿਨਾਲੇ ਪਾਸ ਕੀਤਾ, ਅਤੇ ਉਹਦੇ ਵਿੱਚ ਮੈਂ ਬੈਸਟ ਐਕਟਰ ਦਾ ਅਵਾਰਡ ਜਿੱਤਿਆ ਸਰ। ਆਡੀਸ਼ਨ ਦਾ ਪਹਿਲਾ ਰਾਊਂਡ ਹੋਇਆ ਲੁਧਿਆਣੇ ਵਿੱਚ ਹੋਇਆ, ਗਰਲਸ ਕਾਲਜ ਲੁਧਿਆਣਾ ਵਿੱਚ ਹੋਇਆ। ਉਹ 'ਚ ਤੁਹਾਡੀ ਪਰਫੋਰਮੈਂਸ ਕਿਵੇਂ ਸੀ? ਨਰਵਸ ਸੀਗੇ ਸਰ? ਹਾਂਜੀ, ਪਹਿਲੀ ਵਾਰ ਸੀ, ਥੋੜ੍ਹਾ ਬਹੁਤਾ ਨਰਵਸ ਸੀਗਾ ਸਰ। ਨਰਵਸ ਸੀਗੇ ਸਰ। ਅਤੇ ਜਿਹੜਾ ਉਸ ਤੋਂ ਬਾਅਦ ਜਿਹੜਾ ਦੂਜਾ ਰਾਊਂਡ ਹੋਇਆ, ਜਿਹੜਾ CGC ਲਾਂਟਰਾ ਹੋਇਆ, ਉਹਦੇ ਵਿੱਚ ਕਿਵੇਂ ਸੀ ਤੁਹਾਡੀ ਪਰਫੋਰਮੈਂਸ? ਸਰ, ਉਹਦੇ ਵਿੱਚ ਵੀ ਵਧੀਆ ਸੀ, ਪਰ ਉਹਦੇ ਵਿੱਚ ਥੋੜ੍ਹਾ ਇੱਦਾਂ ਸੀ, ਥੋੜ੍ਹਾ ਹੁਣ ਹੋ ਗਿਆ ਸੀ, ਸਹੀ ਹੋ ਗਿਆ ਸੀ, ਨਰਵਸ ਉਦੋਂ ਥੋੜ੍ਹਾ ਘੱਟ ਸੀਗਾ ਸਰ ਥੋੜ੍ਹਾ। ਹਾਂਜੀ, CGC ਲਾਂਡਰਾ ਦੇ ਵਿੱਚ ਜੋ ਤੁਸੀਂ ਪਰਫੋਰਮ ਕੀਤਾ ਹੈਗਾ ਤਾਂ ਤੁਹਾਡੀ ਜਿਹੜੀ ਪਰਫੋਰਮੈਂਸ ਸੀ ਉਹ 50% ਬੈਟਰ ਸੀ, ਠੀਕ ਹੈ। ਲੇਕਿਨ ਦੱਸਣਾ ਚਾਹਾਂਗਾ ਮੈਂ ਆਪਣੇ ਆਡੀਅੰਸ ਨੂੰ ਕਿ ਇਹਨਾਂ ਨੂੰ ਇੰਨੀ ਅੱਛੀ ਗਰੂਮਿੰਗ ਕੀਤੀ ਗਈ 4 ਦਿਨਾਂ ਦੇ ਸਟੇਅ ਦੇ ਦੌਰਾਨ, 4 ਦਿਨਾਂ ਦੇ ਸਮੇਂ ਦੇ ਵਿਚਕਾਰ ਜਿਹੜੀ ਸੌਰਭ ਜੀ ਨੇ ਅਤੇ ਸਿਧਾਰਥ ਜੀ ਨੇ, ਜਿਹੜੇ ਕਿ MF ਦਾ ਇੱਕ ਵੱਡਾ ਅਦਾਰਾ ਹਨ, ਉਹਨਾਂ ਨੇ ਇੰਨੀ ਅੱਛੀ ਇਹਨਾਂ ਦੀ ਗਰੂਮਿੰਗ ਕਰਵਾਈ ਕਿ 4 ਦਿਨ ਦੇ ਵਿੱਚ ਆਰਟਿਸਟ ਨੂੰ ਇੱਕ ਆਰਟਿਸਟ ਰੂਪ ਦੇ ਵਿੱਚ ਇੱਕ ਕਲਾਕਾਰ ਬਣਾ ਕੇ ਇਸ ਰੈਂਪ 'ਤੇ ਪੇਸ਼ ਕੀਤਾ ਗਿਆ ਬਾਲੀਵੁੱਡ ਸੈਂਸੇਸ਼ਨ 2018 ਦੇ ਵਿੱਚ, ਜਿਹੜਾ ਕਿ ਪੰਚਕੂਲਾ ਹੋਇਆ ਸੀਗਾ, ਉਸਦੀ ਨਜ਼ਰ ਆਪਾਂ ਮਾਰੀ ਹੀ ਹੈਗੀ ਹੈ। ਅਤੇ ਹੁਣ ਆਪਾਂ ਗੱਲਬਾਤ ਜਾਰੀ ਰੱਖਦੇ ਹਾਂ ਆਪਣੇ ਇਸ ਕਲਾਕਾਰ ਦੇ ਨਾਲ। ਅਤੇ ਅੱਛਾ, ਇਹ ਗੱਲ ਦੱਸੋ ਕਿ ਤੁਹਾਨੂੰ ਪਤਾ ਸੀ ਕਿ ਤੁਸੀਂ ਉਹ 3 ਰਾਊਂਡ ਕਲੀਅਰ ਕਰਕੇ ਤੁਸੀਂ ਅੱਜ ਸਾਡੇ ਵਿੱਚ ਵੀ ਬੈਠੇ ਹੋਵੋਗੇ? ਪਤਾ ਤਾਂ ਨਹੀਂ ਸੀ, ਪਰ ਮੈਂ ਮਿਹਨਤ ਕੀਤੀ ਸੀ ਸਰ, ਪਰ ਮੈਨੂੰ ਆਪਣੀ ਮਿਹਨਤ 'ਤੇ ਅਤੇ ਰੱਬ 'ਤੇ ਭਰੋਸਾ ਸੀਗਾ ਕਿ ਮੈਂ ਹੋਊਂਗਾ, ਇਸ ਰਾਊਂਡ ਕੁਆਲੀਫਾਈਡ ਹੋਊਂਗਾ। ਪ੍ਰਿਥਵੀ ਸਰ ਨਾਲ ਮੁਲਾਕਾਤ ਤੁਹਾਡੀ ਕਿਵੇਂ ਰਹੀ? ਸਰ, ਪ੍ਰਿਥਵੀ ਸਰ ਨਾਲ ਸਰ ਬਹੁਤ ਵਧੀਆ, ਸਰ ਬਹੁਤ ਵਧੀਆ ਰਹੀ। ਉਹਨਾਂ ਦਾ ਨੇਚਰ ਇੱਦਾਂ, ਉਹ ਮੋਟੀਵੇਸ਼ਨ ਥੋਟਸ ਬਹੁਤ ਦਿੰਦੇ ਆ ਸਰ, ਬਹੁਤ ਉਹ ਚੀਜ਼ ਸਰ ਸਾਡੇ ਲਈ ਬਹੁਤ ਵਧੀਆ ਰਹੀ ਸਰ। ਜਿਵੇਂ ਸਰ ਸਾਨੂੰ ਕੋਈ ਨੈਗੇਟਿਵ ਕਹਿੰਦਾ ਸੀ, ਕੋਈ ਬੁਲੀ ਕਰਦਾ ਸੀ ਕਿ ਇੱਦਾਂ ਨਾ ਕਰੋ, ਕਿ ਮਤਲਬ ਇਹ ਫੇਕ ਇੱਦਾਂ, ਪਰ ਜੋ ਸਰ ਨੇ ਇੱਦਾਂ ਦੱਸਿਆ ਬਹੁਤ ਵਧੀਆ ਰਿਹਾ ਸਰ। ਮੈਂ ਆਪਣੇ ਆਡੀਅੰਸ ਨੂੰ ਇੱਕ ਖਾਸ ਜਾਣਕਾਰੀ ਦੇਣਾ ਚਾਹੁੰਦਾ ਕਿ ਪੰਜਾਬ ਦੇ ਵਿੱਚ ਕਈ ਜਗ੍ਹਾ 'ਤੇ ਹਰ ਮਹੀਨੇ ਬਾਅਦ ਆਡੀਸ਼ਨ ਹੁੰਦੇ ਰਹਿੰਦੇ ਨੇ। ਇਸ ਗੱਲ 'ਤੇ 2 ਰਾਏ ਨਹੀਂ ਕਿ ਉਸ ਆਡੀਸ਼ਨ ਦੇ ਵਿੱਚ 99% ਆਡੀਸ਼ਨ ਇਹੋ ਜਿਹੇ ਹੁੰਦੇ ਹਨ ਜਿਸਦਾ ਨਾ ਤਾਂ ਕੋਈ ਰਿਜ਼ਲਟ ਹੁੰਦਾ, ਨਾ ਉਹਦਾ ਵਿੱਚ ਕੋਈ ਉਹਦੇ 'ਚ ਆਰਟਿਸਟ ਨੂੰ ਕੰਮ ਦਿੱਤਾ ਜਾਂਦਾ। ਇਹ ਗੱਲ ਮੈਂ ਸੱਚ ਅਤੇ ਆਪਣੇ ਮੂੰਹ ਤੋਂ ਬਿਆਨ ਕਰ ਰਿਹਾ। ਮੋਰਫੀਅਸ MF ਫਿਲਮ ਪ੍ਰੋਡਕਸ਼ਨ ਇੱਕ ਇਹੋ ਜਿਹਾ ਫਿਲਮ ਪ੍ਰੋਡਕਸ਼ਨ ਉੱਭਰ ਕੇ ਪੰਜਾਬ ਦੇ ਵਿੱਚ ਸਾਹਮਣੇ ਆਇਆ ਹੈ, ਜਿਸ ਨੇ ਸਹੀ ਟੈਲੈਂਟ ਦੀ ਸਹੀ ਕਦਰ ਕੀਤੀ ਅਤੇ ਉਸਨੂੰ ਸਹੀ ਤਰੀਕੇ ਨਾਲ ਚੁਣਿਆ। ਪਹਿਲਾ ਰਾਊਂਡ ਹੋਇਆ ਲੁਧਿਆਣੇ ਦੇ ਵਿੱਚ ਗਰਲਸ ਕਾਲਜ ਲੁਧਿਆਣਾ, ਸੈਕਿੰਡ ਹੋਇਆ ਸੈਮੀਫਾਈਨਲੇ ਜਿਹੜਾ ਕਿ CGC ਲਾਂਟਰਾ ਦੇ ਵਿੱਚ ਹੋਇਆ, ਮੈਂ ਵੀ ਉੱਥੇ ਮੌਜੂਦ ਸੀਗਾ, ਜਿਹਦੇ 'ਚ ਜਿਊਰੀ ਪ੍ਰਿਥਵੀ ਰਾਜ ਕਿਸਾਨਾ ਜੀ, ਜਿਹੜੇ ਕਿ MF ਫਿਲਮ ਦੇ ਓਨਰ ਨੇ, ਯਾਨੀ ਕਿ MD ਨੇ, ਯਾਨੀ ਕਿ ਪ੍ਰੋਡਿਊਸਰ ਵੀ ਕਹਿ ਸਕਦੇ ਹੋ, ਪ੍ਰੋਡਿਊਸਰ ਵੀ ਨੇ। ਅਤੇ ਉਹਨਾਂ ਦੇ ਨਾਲ ਸੀ ਸਿਮਰ ਕੌਰ, ਸਿੰਗਰ ਬੋਲੀਵੁੱਡ, ਅਤੇ ਉਹਨਾਂ ਦੇ ਨਾਲ ਸੀ ਅਲਫਾਜ਼ ਜੀ, ਵੀ ਬੋਲੀਵੁੱਡ ਸਿੰਗਰ ਨੇ।
ਇਹ ਸਾਰੇ ਐਜ਼ ਅ ਜਿਊਰੀ ਮੈਂਬਰ ਯਾਨੀ ਕਿ ਉਹਦੇ ਵਿੱਚ ਜਜਮੈਂਟ ਦੇ ਵਿੱਚ ਆਏ ਹੋਏ ਸੀਗੇ। ਮੈਂ ਦੱਸਣਾ ਚਾਹਾਂਗਾ ਕਿ ਮੈਨੂੰ ਬਹੁਤ ਖੁਸ਼ੀ ਹੋਈ ਅਸੀਂ ਇਹਨਾਂ ਦੇ ਨਾਲ ਮੀਡੀਆ ਪਾਰਟਨਰ ਦੇ ਤੌਰ 'ਤੇ ਜੁੜੇ। A1 ਮਿਊਜ਼ਿਕ ਕਦੀ ਵੀ ਕਿਸੇ ਇਹੋ ਜਿਹੇ ਪ੍ਰੋਗਰਾਮ ਦੇ ਵਿੱਚ ਮੀਡੀਆ ਪਾਰਟਨਰ ਨਹੀਂ ਬਣ ਕੇ ਜਾਂਦਾ, ਲੇਕਿਨ ਜਦੋਂ ਅਸੀਂ MF ਬਾਰੇ ਸਾਨੂੰ ਪਤਾ ਲੱਗਿਆ, ਅਸੀਂ ਦੇਖਿਆ, ਉਹਦੇ ਬਾਰੇ ਸਟੱਡੀ ਕੀਤਾ, ਉਹਨਾਂ ਦੇ ਪਹਿਲੇ ਪ੍ਰੋਜੈਕਟਸ 'ਤੇ ਗੱਲਬਾਤ ਕੀਤੀ, ਪ੍ਰਿਥਵੀ ਸਰ ਨਾਲ ਮਿਲੇ ਅਸੀਂ, ਸਾਨੂੰ ਬਹੁਤ ਅੱਛਾ ਲੱਗਿਆ। ਫਿਰ ਅਸੀਂ ਉਹਨਾਂ ਨਾਲ ਜੁੜਨਾ ਬਹੁਤ ਖੁਸ਼ਨਸੀਬ ਆਪਣੇ ਆਪ ਨੂੰ ਮੰਨਦੇ ਹਾਂ ਕਿ ਸਾਨੂੰ ਉਹਨਾਂ ਨਾਲ ਜੁੜਨ ਦਾ ਮੌਕਾ ਮਿਲਿਆ, ਜਿਨ੍ਹਾਂ ਦੀ ਬਦੌਲਤ ਅੱਜ ਸਾਡੇ ਵਿੱਚ 7 ਕਲਾਕਾਰ ਬੈਠੇ ਹੋਏ ਹਨ, ਜਿਨ੍ਹਾਂ ਨੂੰ ਤੁਸੀਂ ਬਹੁਤ ਹੀ ਜਲਦ ਸਕਰੀਨ 'ਤੇ ਅਤੇ ਵੱਡੇ ਪਰਦੇ 'ਤੇ ਦੇਖੋਗੇ, ਚਾਹੇ ਉਹ ਵੈਬ ਸੀਰੀਜ਼ ਹੋਏਗੀ, ਚਾਹੇ ਉਹ ਵੈਬ ਸੀਰੀਜ਼ ਹੋਏਗੀ, ਜਾਂ ਫਿਰ ਚਾਹੇ ਕੋਈ ਫਿਲਮ ਹੋਏਗੀ, ਜਾਂ ਫਿਰ ਕੋਈ ਗਾਣਾ ਜਾਂ ਕੁਛ ਵੀ ਹੋ ਸਕਦਾ ਹੈ, ਚਾਹੇ ਉਹ ਸੀਰੀਅਲ ਹੀ ਕਿਉਂ ਨਾ ਹੋਵੇ। ਅਤੇ ਮੈਂ ਦੱਸਣਾ ਚਾਹਾਂਗਾ ਕਿ ਇੰਨੀ ਵਧੀਆ ਤਰ੍ਹਾਂ ਦਾ ਇਹਨਾਂ ਨੇ ਜਜਮੈਂਟ ਜੱਜੀ ਸਾਹਿਬ ਨੇ ਕੀਤੀ ਕਿ ਹਰ ਉੱਥੇ ਵਿਊਅਰਸ ਬੈਠੇ, ਜਿਹੜੇ ਆਡੀਅੰਸ ਬੈਠੇ ਸੀ, ਉਹਨਾਂ ਨੂੰ ਇੱਕ ਵਾਈਟ ਪੇਪਰ ਉਹਨਾਂ ਦੇ ਹੱਥ 'ਚ ਫੜਾ ਦਿੱਤਾ ਗਿਆ ਕਿ ਤੁਸੀਂ ਇੱਥੇ ਬੈਠ ਕੇ ਤੁਸੀਂ ਨੰਬਰਿੰਗ ਲਿਓ, ਜਿਹੜੇ ਕਿ ਜਿਹੜੇ ਤੁਹਾਨੂੰ ਪਾਰਟੀਸਪੈਂਟ ਦਿਖ ਰਹੇ ਨੇ, ਤੁਸੀਂ ਆਪਣੇ ਹਿਸਾਬ ਨਾਲ ਉਹਨਾਂ ਨੰਬਰ ਦਿਓ, ਤੁਹਾਡੇ ਫੈਸਲੇ 'ਤੇ ਆਧਾਰ 'ਤੇ ਹੀ ਫੈਸਲਾ ਲਿੱਤਾ ਜਾਏਗਾ। ਔਰ ਹੋਇਆ ਵੀ ਉਸੇ ਤਰ੍ਹਾਂ, ਸਭ ਪਾਰਟੀਸਪੈਂਟ ਦੇ ਜਿਹੜੇ ਉਹਨਾਂ ਦੇ ਪੇਰੈਂਟਸ, ਰਿਲੇਟਿਵਸ ਜਾਂ ਕੋਈ ਹੋਰ ਉੱਥੇ ਜਿਹੜੇ ਆਡੀਅੰਸ ਬੈਠੇ ਹੋਏ ਸੀ, ਉਹਨਾਂ ਦੇ ਵਿਚਾਰ ਲਏ ਗਏ, ਉਹਨਾਂ ਨੂੰ ਵਾਈਟ ਪੇਪਰ ਦਿੱਤਾ ਗਿਆ, ਉੱਥੇ ਉਹਨਾਂ ਨੇ ਆਪਣੀ ਨੰਬਰਿੰਗ ਦਿੱਤੀ। ਬੜੀ ਹੈਰਾਨੀ ਵਾਲੀ ਗੱਲ ਹੈ ਔਰ ਬਿਲਕੁਲ ਸਾਫ਼ ਗੱਲ ਹੈ ਜਿਹੜੀ ਕਿ ਤੁਸੀਂ ਸਕਰੀਨ 'ਤੇ ਤੁਹਾਨੂੰ ਦਿਖਾਈ ਵੀ ਗਈ ਹੋਵੇਗੀ ਕਿ ਜੱਜਿਸ ਦਾ ਫੈਸਲਾ ਵੀ ਉਹੀ ਸੀ ਜਿਹੜੀ ਪਿੱਛੋਂ ਹੂਟਿੰਗ ਦੇ ਨਾਲ ਨਾਲ ਆਵਾਜ਼ ਆ ਰਹੀ ਸੀ, ਜਿਵੇਂ ਹੁਣ ਮੇਰੇ ਨਾਲ ਧਨੰਜੇ ਬੈਠੇ ਨੇ, ਤਾਂ ਉਸ ਟਾਈਮ ਹੁਣ ਉਹ ਅਗਲਾ ਰਾਊਂਡ ਹੋਣ ਵਾਲਾ ਸੀ, ਕਹਿੰਦੇ ਸੀ ਬੈਸਟ ਐਕਟਰ ਦਾ ਅਵਾਰਡ ਕਿਹਨੂੰ ਜਾਏਗਾ, ਤਾਂ 98% ਜਾਂ 99% ਲੋਕ ਧਨੰਜੇ ਕਹਿ ਰਹੇ ਸੀ, ਅਤੇ ਜਿਊਰੀ ਨੇ ਵੀ ਧਨੰਜੇ ਦਾ ਹੀ ਨਾਮ ਲਿਆ ਕਿਉਂ? ਕਿਉਂਕਿ ਇਹ ਫੈਸਲਾ ਟ੍ਰਾਂਸਪੇਰੈਂਟ ਸੀ। ਸੋ ਮੈਂ ਸਾਰਿਆਂ ਨੂੰ ਅਪੀਲ ਕਰਦਾ, ਸਾਰਿਆਂ ਨੂੰ ਇੱਕ ਬੇਨਤੀ ਕਰਦਾ, ਅਪੀਲ ਤਾਂ ਨਹੀਂ ਕਹਿ ਸਕਦੇ, ਬੇਨਤੀ ਕਰਦਾ, ਅਤੇ ਇੱਕ ਕਿ ਸੱਚੇ ਰਾਹ 'ਤੇ ਚਲੋ, ਅਤੇ ਅੱਛੇ ਅੱਛੇ ਪ੍ਰੋਡਕਸ਼ਨ ਹਾਊਸ ਦੇ ਵਿੱਚ, ਜਿਹੜੇ ਕਿ ਬੰਬੇ ਤੋਂ ਆਏ ਹੋਏ ਪ੍ਰੋਡਕਸ਼ਨ ਹਾਊਸ ਨੇ, ਉਹਨਾਂ ਦੇ ਵਿੱਚ ਆਡੀਸ਼ਨ ਦਿਓ, ਜਿਹੜੇ ਕਿ ਆ ਹੋਰ ਆਡੀਸ਼ਨਸ ਹੁੰਦੇ ਨੇ ਉਹਨਾਂ ਦੇ ਵਿੱਚ ਤੁਸੀਂ, ਤੁਹਾਨੂੰ ਐਕਸਪੀਰੀਅੰਸ ਤਾਂ ਕੁਛ ਮਿਲਦਾ ਨਹੀਂ, ਤੁਸੀਂ ਬਲਕਿ ਡਿਸਅਪੁਆਇੰਟ ਹੁੰਦੇ ਹੋ, ਕਿਉਂਕਿ ਉਹਦੇ 'ਚ ਤੁਹਾਨੂੰ ਬਾਅਦ 'ਚੋਂ ਕਿਹਾ ਜਾਂਦਾ ਕਿ ਨਹੀਂ ਤੁਸੀਂ ਇਸ ਤਰ੍ਹਾਂ ਕਰਨਾ, ਨਹੀਂ ਤੁਸੀਂ ਇਸ ਤਰ੍ਹਾਂ ਕਰਨਾ, ਉਹ ਕਰਨਾ। ਉਹੋ ਜਿਹੇ ਆਡੀਸ਼ਨਾਂ ਦੇ ਵਿੱਚ ਨਾ ਅਸੀਂ ਹਿੱਸਾ ਬਣਦੇ ਹਾਂ, ਨਾ ਅਸੀਂ ਕਿਸੇ ਹੋਰ ਨੂੰ ਹਿੱਸਾ ਬਣਨ ਦਿੰਦੇ ਹਾਂ। ਸੋ ਇਸ ਕਰਕੇ ਅਸੀਂ ਉਮੀਦ ਕਰਦੇ ਹਾਂ ਕਿ ਜੇਕਰ ਤੁਸੀਂ ਵੀ ਇੰਡਸਟਰੀ ਦੇ ਵਿੱਚ ਕਦਮ ਧਰਨਾ ਚਾਹੁੰਦੇ ਹੋ, ਸਾਡੇ ਚੈਨਲ 'ਤੇ ਤੁਸੀਂ ਆ ਸਕਦੇ ਹੋ, ਸਾਡੇ ਨੀਚੇ ਜਿਹੜੇ ਵੀ ਸਾਡੇ ਡਿਟੇਲਸ ਹਨ ਚੈਨਲ ਦੀਆਂ, ਉਹ ਪੇਜ ਹੈਗਾ A1 ਪੰਜਾਬੀ TV 'ਤੇ, ਜਾਂ ਫਿਰ ਸਾਡੇ ਤੁਸੀਂ ਐਪ ਡਾਊਨਲੋਡ ਕਰ ਸਕਦੇ ਹੋ A1 ਪੰਜਾਬੀ TV 'ਤੇ। ਸਾਡਾ ਹੈੱਡ ਆਫਿਸ ਹੈਗਾ ਜਿਹੜਾ ਚੈਨਲ ਦਾ ਹੈ, ਉਹ ਪਟਿਆਲੇ ਦੇ ਵਿੱਚ ਹੈ, ਜਾਂ ਫਿਰ ਤੁਸੀਂ ਜਿਵੇਂ ਕਿ ਇੱਕ MF ਫਿਲਮ ਪ੍ਰੋਡਕਸ਼ਨ ਦਾ ਆਫਿਸ ਹੈ ਗ੍ਰੇਟਰ ਨੋਇਡਾ ਅਤੇ ਮੁੰਬਈ ਦੇ ਵਿੱਚ, ਜਿਨ੍ਹਾਂ ਨਾਲ ਜੁੜ ਕੇ ਅਸੀਂ ਇਹ ਸਾਰਾ ਸਿਲਸਿਲਾ ਕੰਮ ਦਾ ਅੱਗੇ ਵਧਾ ਰਹੇ ਹੈਗੇ ਹਾਂ। ਅਤੇ ਇਸੇ ਤਰ੍ਹਾਂ ਤੁਸੀਂ ਇਹਨਾਂ ਦੇ ਹੋਰ ਆਡੀਸ਼ਨਸ ਦਿਓ ਅਤੇ ਸਾਡੇ ਨਾਲ ਜੁੜਦੇ ਰਹੋ, ਅਤੇ ਸਾਡੀ ਟੀਮ ਦਾ ਹਿੱਸਾ ਬਣਦੇ ਰਹੋ, ਅਤੇ ਸਾਡੇ ਸਟੂਡੀਓ ਦੇ ਵਿੱਚ ਤੁਸੀਂ ਵੀ ਐਜ਼ ਐਨ ਆਰਟਿਸਟ ਆਉਂਦੇ ਰਹੋ, ਕਿਉਂਕਿ ਅੱਜ ਧਨੰਜੇ ਮੇਰੇ ਨਾਲ ਬੈਠੇ ਨੇ। ਮੈਂ ਇਸ ਲਈ ਨਹੀਂ ਲੰਬੀ ਗੱਲ ਦੱਸ ਰਿਹਾ ਕਿਉਂਕਿ ਇਹ ਸੱਚਾਈ ਗੱਲ ਹੈ। ਪ੍ਰਿਥਵੀ ਰਾਜ ਸਰ ਇੱਕ ਬੜੇ ਹੀ ਪਿਆਰੇ ਅਤੇ ਬੜੇ ਹੀ ਅੱਛੇ ਅਤੇ ਇੱਕ ਸੱਚੇ ਇਨਸਾਨ ਨੇ, ਜਿਨ੍ਹਾਂ ਨੇ ਇਹਨਾਂ ਕਲਾਕਾਰਾਂ ਬਾਰੇ ਸੋਚਿਆ ਅਤੇ ਇੱਕ ਟ੍ਰਾਂਸਪੇਰੈਂਟ ਫੈਸਲਾ ਲਿੱਤਾ। ਅੱਜ ਇੱਕ ਉਸ ਸੋਫੇ 'ਤੇ ਬੈਠੇ ਨੇ ਜਿੱਥੇ ਵੱਡੇ ਵੱਡੇ ਸਟਾਰ ਸੈਲੀਬ੍ਰਿਟੀਜ਼ ਆ ਕੇ ਬੈਠਦੇ ਨੇ। ਤੁਹਾਨੂੰ ਇਸ ਚੇਅਰ 'ਤੇ ਬਹਿ ਕੇ ਕਿਵੇਂ ਮਹਿਸੂਸ ਹੋ ਰਿਹਾ? ਮੈਂ ਸ਼ੁਰੂ ਤੋਂ ਹੀ ਸਰ, ਜਦੋਂ ਮੈਂ ਛੋਟੇ ਹੁੰਦੇ ਤੋਂ ਹੀ ਮੇਰਾ ਇਹ ਸੁਪਨਾ ਸੀਗਾ ਕਿ ਮੈਂ ਇੱਕ ਐਕਟਰ ਬਣਾ ਵਧੀਆ, ਅਤੇ ਮੈਂ ਆਪਣੀ ਮਿਹਨਤ ਕੀਤੀ, ਭਗਵਾਨ 'ਤੇ ਭਰੋਸਾ ਰੱਖਿਆ, ਅਤੇ ਅੱਜ ਮੈਂ ਇੱਥੇ ਹੈਗਾ। ਬਹੁਤ ਪ੍ਰਾਊਡ ਫੀਲ ਹੁੰਦਾ, ਮਤਲਬ ਪ੍ਰਾਊਡ ਨਹੀਂ, ਮੀਨਸ ਵਧੀਆ ਫੀਲ ਹੁੰਦਾ। ਮੈਂ ਆਪਣੇ ਆਪ ਦੇ ਪ੍ਰਾਊਡ ਨਹੀਂ ਕਰਦਾ, ਪਰ ਹੁੰਦਾ ਕਿ ਮਤਲਬ ਮਿਹਨਤ ਕੀਤੀ ਹੈਗੀ ਆ ਅਤੇ ਅੱਜ ਇੱਥੇ ਹੈਗੀ। ਜਿਹੜਾ ਤੁਹਾਨੂੰ ਐਕਟ ਤਿਆਰ ਕਰਵਾਇਆ ਗਿਆ 3 ਦਿਨ ਦੇ ਵਿੱਚ, 4 ਦਿਨ ਦੇ ਵਿੱਚ ਕਰਵਾਇਆ ਗਿਆ, ਉਹ 'ਚ ਤੁਹਾਨੂੰ ਕੋਈ ਕਿਸੇ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ? ਸਰ ਮੁਸ਼ਕਲ ਦਾ ਸਾਹਮਣਾ, ਹਾਂਜੀ ਸਰ, ਜਿੱਥੇ ਉਹ ਐਕਟ ਵਿੱਚ ਥੋੜ੍ਹਾ ਇਮੋਸ਼ਨਲ ਸੀਨ ਸੀ ਜਦੋਂ, ਸਰ ਉਹਦੇ ਵਿੱਚ ਥੋੜ੍ਹਾ ਸਾਹਮਣਾ ਕਰਨਾ ਪਿਆ, ਕਿਉਂਕਿ ਇੱਕੋਦਮ ਗੁੱਸੇ ਵਾਲੇ ਸੀਨ ਤੋਂ ਇੱਕਦਮ ਇਮੋਸ਼ਨਲ ਸੀਨ 'ਤੇ ਜਾਣਾ ਸਰ ਬਹੁਤ ਔਖਾ ਹੈ। ਤੁਹਾਨੂੰ ਹੁਣ ਪਤਾ ਲੱਗ ਗਿਆ ਹੋਣਾ ਕਿ ਹੌਲੀ ਹੌਲੀ ਤੁਸੀਂ ਇੰਡਸਟਰੀ ਦੇ ਵਿੱਚ ਕਦਮ ਧਾਰ ਹੀ ਦਿੱਤਾ ਹੈਗਾ, ਤੁਹਾਨੂੰ ਪਤਾ ਲੱਗ ਗਿਆ ਹੋਣਾ ਕਿ ਸਟੋਰੀ ਬੋਰਡ ਕੀ ਹੁੰਦਾ ਹੈ, ਸਕਰੀਨ ਪਲੇ ਕੀ ਹੁੰਦਾ ਹੈ, ਡਾਇਲੋਗਸ ਕੀ ਹੁੰਦੇ ਨੇ, ਡਾਇਲੋਗ ਡਿਲੀਵਰੀ ਕੀ ਹੁੰਦੀ ਹੈ, ਹੈ ਨਾ, ਗਰੂਮਿੰਗ ਕਿਹਨੂੰ ਕਹਿੰਦੇ ਆ, ਮੇਕਅਪ ਕਿਹਨੂੰ ਕਹਿੰਦੇ ਆ, ਜਾਂ ਪਫਿੰਗ ਕਿਹਨੂੰ ਕਹਿੰਦੇ ਆ, ਜੋ ਵੀ ਇੰਡਸਟਰੀ ਦਾ ਹਿੱਸਾ ਰਹਿੰਦਾ ਹੈ, ਸ਼ੂਟ ਕਿਹਨੂੰ ਕਹਿੰਦੇ ਨੇ, ਰੀਟੇਕ ਕਿਹਨੂੰ ਕਹਿੰਦੇ ਨੇ, ਪਤਾ ਤੁਹਾਨੂੰ ਆਲਮੋਸਟ ਲੱਗ ਹੀ ਗਿਆ ਹੋਏਗਾ। ਬਾਕੀ ਤੁਹਾਡਾ ਜਿਹੜਾ ਸਫ਼ਰ ਹੈਗਾ ਹੌਲੀ ਹੌਲੀ, ਹੁਣ ਤੁਸੀਂ ਦਿੱਲੀ, ਦਿੱਲੀ ਤੋਂ ਫਿਰ ਬੰਬੇ, ਬੰਬੇ ਤੋਂ ਫਿਰ ਤੁਸੀਂ ਐਵੇਂ ਪੂਰੀ ਦੁਨੀਆ ਦੇ ਵਿੱਚ ਨਾਮ ਕਮਾਓਗੇ ਆਪਣੀ ਐਕਟਿੰਗ ਦਾ, ਮੈਂ ਇਹੀ ਦੁਆਵਾਂ ਕਰਦਾ ਹੈਗਾ। ਅਤੇ ਜਾਣ ਤੋਂ ਪਹਿਲਾਂ ਸਾਡੇ ਆਡੀਅੰਸ ਨੂੰ ਕੋਈ ਪਿਆਰਾ ਸੰਦੇਸ਼ ਦੇਣਾ ਚਾਹੁੰਦਾ? ਸਰ ਮੈਂ ਸਾਰਿਆਂ ਨੂੰ ਕਹਿਣਾ ਚਾਹੁੰਦਾ ਕਿ ਜਿੱਦਾਂ ਵੀ ਲੋਕ ਤੁਹਾਨੂੰ ਕਹਿੰਦੇ ਆ ਕਿ ਤੂੰ ਕਦੇ ਨਹੀਂ ਕਰ ਸਕਦਾ, ਤੂੰ ਹੋ ਹੀ ਨਹੀਂ ਸਕਦਾ, ਇੱਦਾਂ ਨਾ ਰਹੋ, ਆਪਣੇ ਆਪ 'ਤੇ ਵਿਸ਼ਵਾਸ ਰੱਖੋ, ਆਪਣੀ ਮਿਹਨਤ ਕਰੋ,
ਇੱਕ ਸਰ ਜਦੋਂ ਆਡੀਸ਼ਨ ਸੀਗੀ ਪ੍ਰਿਥਵੀ ਸਰ ਨੇ ਇੱਕ ਗੱਲ ਜ਼ਰੂਰ ਕਹੀ ਸੀ, ਕਹਿੰਦੇ ਬੰਦਾ ਹਾਰਦਾ ਉਦੋਂ ਹੈ ਜਦੋਂ ਉਹ ਸੋਚ ਲੈਂਦਾ ਕਿ ਮੈਂ ਹਾਰ ਗਿਆ ਵਾਂ, ਮੈਂ ਇਹ ਤੋਂ ਜਿੱਤ ਨਹੀਂ ਸਕਦਾ। ਇਸ ਲਈ ਇਹ ਨਾ ਸਮਝੋ, ਆਪਣੀ ਮਿਹਨਤ ਰੱਖੋ, ਬਾਕੀ ਭਗਵਾਨ 'ਤੇ ਵਿਸ਼ਵਾਸ ਰੱਖੋ, ਜ਼ਰੂਰ ਤੁਸੀਂ ਕਾਮਯਾਬ ਹੋਵੋਗੇ। ਬਹੁਤ ਅੱਛਾ ਲੱਗਿਆ ਤੁਸੀਂ ਆਪਣਾ ਇੰਨਾ ਕੀਮਤੀ ਸਮੇਂ ਕੱਢ ਕੇ ਸਾਡੇ ਨਾਲ ਸਟੂਡੀਓ ਦੇ ਵਿੱਚ ਆਏ, ਅਤੇ MF ਦਾ ਹਿੱਸਾ ਬਣੇ ਅਤੇ ਸਾਡਾ ਵੀ ਹਿੱਸਾ ਬਣੇ, ਸਾਡੇ A1 ਮਿਊਜ਼ਿਕ ਦਾ। A1 ਮਿਊਜ਼ਿਕ ਦੀ ਪੂਰੀ ਟੀਮ ਵੱਲੋਂ, ਪੂਰੇ ਕਰੂ ਵੱਲੋਂ ਅਤੇ CEO ਸਾਹਿਬ ਸ਼੍ਰੀ ਅਸ਼ੋਕ ਸ਼ਰਮਾ ਵੱਲੋਂ ਤੁਹਾਡਾ ਅਸੀਂ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਦੇ ਹਾਂ ਕਿ ਤੁਸੀਂ ਆਡੀਸ਼ਨ ਦਿੱਤਾ ਅਤੇ ਉਹਦਾ ਗ੍ਰੈਂਡ ਫਿਨਾਲੇ 'ਚ ਤੁਸੀਂ ਬੈਸਟ ਐਕਟਰ ਦਾ ਅਵਾਰਡ ਜਿੱਤਿਆ, ਅਤੇ ਉਹ ਜਿੱਤ ਕੇ ਤੁਸੀਂ ਅੱਜ ਸਾਡੇ ਵਿੱਚ ਬੈਠੇ ਹੋ, ਅਤੇ ਜਿਹੜਾ ਕਿ ਬਹੁਤ ਜਲਦ ਤੁਸੀਂ ਤੁਹਾਨੂੰ ਅਸੀਂ ਵੱਡੇ ਪਰਦੇ 'ਤੇ ਦੇਖ ਸਕਦੇ ਹਾਂ। ਤੁਸੀਂ ਦੇਖਿਆ ਅੱਜ ਅਸੀਂ ਗੱਲਬਾਤ ਕੀਤੀ ਧਨਰੰਜੇ ਦੇ ਨਾਲ, ਜਿਹੜੇ ਕਿ ਬੈਸਟ ਐਕਟਰ ਦਾ ਅਵਾਰਡ ਬਾਲੀਵੁੱਡ ਸੈਂਸੇਸ਼ਨ 2018 ਦੇ ਵਿੱਚ ਜਿੱਤੇ ਨੇ, ਜਿਹੜਾ ਕਿ MF ਫਿਲਮ ਪ੍ਰੋਡਕਸ਼ਨ ਵੱਲੋਂ ਕੀਤਾ ਗਿਆ ਸੀਗਾ। ਪਹਿਲੇ ਰਾਊਂਡ ਨੂੰ ਕਲੀਅਰ ਕਰਕੇ ਦੂਜੇ ਨੂੰ ਕਲੀਅਰ ਕਰਕੇ ਤੀਜੇ ਨੂੰ ਵਿੱਚ ਇਹ ਗ੍ਰੈਂਡ ਫਿਨਾਲੇ ਦੇ ਵਿੱਚ ਇਹਨਾਂ ਨੇ ਬੈਸਟ ਐਕਟਰ ਦਾ ਅਵਾਰਡ ਹਾਸਿਲ ਕੀਤਾ ਹੈ। ਸੋ ਫਿਲਹਾਲ ਵਕਤ ਹੋ ਚੁੱਕਾ ਇੱਕ ਛੋਟੇ ਜਿਹੇ ਬ੍ਰੇਕ ਦਾ, ਬ੍ਰੇਕ ਤੋਂ ਬਾਅਦ ਅਸੀਂ ਇੱਕ ਹੋਰ ਕਲਾਕਾਰ ਨਾਲ ਗੱਲਬਾਤ ਕਰਾਂਗੇ। ਸੋ ਮੈਂ ਚਾਹੁੰਦਾ ਕਿ ਜਿਹੜੇ ਕਲਾਕਾਰ ਦੀ ਆਪਾਂ ਨੈਕਸਟ ਇੰਟਰਵਿਊ ਕਰਨੀ ਹੈਗੀ ਹੈ, ਉਹ ਨਾਮ ਆਪਾਂ ਸਸਪੈਂਸ ਹੀ ਰੱਖੀਏ। ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਗੱਲਾਂ ਚੱਲ ਰਹੀਆਂ ਨੇ ਗੱਲਾਂ ਦਿਲ ਦੀਆਂ ਗੀਤਾਂ ਦੇ ਨਾਲ ਪ੍ਰੋਗਰਾਮ ਦੇ ਵਿੱਚ, ਤਾਂ ਹੁਣ ਅਸੀਂ ਗੱਲਬਾਤ ਕਰਾਂਗੇ ਆਪਣੇ ਅਗਲੇ ਆਰਟਿਸਟ ਦੇ ਨਾਲ, ਯਾਨੀ ਕਿ MF ਫਿਲਮ ਦੇ ਨੈਕਸਟ ਪਾਰਟੀਸਪੈਂਟ ਔਰ ਗ੍ਰੈਂਡ ਫਿਨਾਲੇ ਦੇ ਵਿਨਰ, ਜਿਹੜੇ ਕਿ ਬੈਸਟ ਮਾਡਲ 2018 ਬਾਲੀਵੁੱਡ ਸੈਂਸੇਸ਼ਨ 2018 ਦੇ ਵਿਨਰ ਰਹਿ ਚੁੱਕੇ ਨੇ, ਉਹਨਾਂ ਦਾ ਨਾਮ ਹੈ ਆਤਿਸ਼। ਆਓ ਗੱਲਬਾਤ ਕਰਦੇ ਹਾਂ ਆਤਿਸ਼ ਦੇ ਨਾਲ। ਸਤਿ ਸ਼੍ਰੀ ਅਕਾਲ ਆਤਿਸ਼ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਹੈ? ਵਧੀਆ ਜੀ, ਤੁਸੀਂ ਸੁਣਾਓ। ਤੁਸੀਂ ਇਹ ਕਿਵੇਂ ਜਿੱਤਿਆ ਖਿਤਾਬ MF ਫਿਲਮ ਦਾ? ਬਹੁਤ ਜ਼ਿਆਦਾ ਮਿਹਨਤ ਕੀਤੀ ਆ, ਮੈਨੂੰ ਪਤਾ ਨਹੀਂ ਸੀ ਕਿ ਮੈਂ ਇੰਨੀ ਅੱਗੇ ਪਹੁੰਚ ਜਾਊਂਗਾ, ਜੇ MF ਫਿਲਮ ਪ੍ਰੋਡਕਸ਼ਨ ਹੈ ਜਿਹੜਾ ਮੈਨੂੰ ਇੱਥੇ ਤੱਕ ਪਹੁੰਚਾਇਆ ਵਾ। ਮੈਂ ਬਹੁਤ ਖੁਸ਼ ਹਾਂ ਕਿ ਇੱਥੇ ਤੱਕ ਮੈਂ ਪਹੁੰਚਿਆ, ਮੈਂ ਕਦੇ ਸੋਚਿਆ ਨਹੀਂ ਸੀ ਕਿ ਇੱਥੇ ਤੱਕ ਮੈਂ ਪਹੁੰਚ ਜਾਊਂਗਾ, ਪਰ ਉਹਨਾਂ ਦਾ ਮੈਂ ਬਹੁਤ ਜ਼ਿਆਦਾ ਖੁਸ਼ਗੁਜ਼ਾਰ ਹਾਂ ਕਿ ਵੀ ਉਹਨਾਂ ਨੇ ਮੈਨੂੰ ਇੱਥੇ ਤੱਕ ਪਹੁੰਚਾਇਆ ਵਾ। ਕਰਦੇ ਕੀ ਹੋ ਤੁਸੀਂ ਵੈਸੇ? ਇੰਨਾ ਲੱਗਦਾ ਨਹੀਂ ਹੈ, ਮੈਨੂੰ ਕੋਈ ਦੇਖ ਕੇ ਨਹੀਂ ਕਹੂਗਾ ਕਿ ਵੀ ਤੂੰ ਇੰਨਾ ਅਮੀਰ ਹੈਗਾ, ਪਰ ਮੈਂ ਬਹੁਤ ਜ਼ਿਆਦਾ ਮਿਡਲ ਕਲਾਸ ਫੈਮਿਲੀ ਤੋਂ ਹਾਂ। ਬੰਦਾ ਤਾਂ ਅਮੀਰ ਦਿਲ ਤੋਂ ਹੋਣਾ ਚਾਹੀਦਾ ਹੈ, ਇਹ ਅਮੀਰੀ ਤਾਂ ਪੈਸੇ ਦੀ ਅਮੀਰੀ ਨੂੰ ਤਾਂ ਮੈਂ ਕੁਛ ਸਮਝਦਾ ਨਹੀਂ ਹੈਗਾ। ਅਮੀਰ ਤਾਂ ਬੰਦਾ ਦਿਲ ਤੋਂ ਹੋਣਾ ਚਾਹੀਦਾ, ਮਤਲਬ ਮੀਨਸ ਮੇਰੇ ਕਹਿਣ ਦਾ ਮਤਲਬ ਇਹ ਹੈ, ਪੈਸਾ ਤਾਂ ਆਇਆ ਗਿਆ ਰਹਿੰਦਾ, ਜਿਹੜਾ ਦਿਲ ਅਮੀਰ ਹੁੰਦਾ ਨਾ ਪੂਰੀ ਉਮਰ ਮਰਦੇ ਦਮ ਤੱਕ ਅਮੀਰ ਰਹਿੰਦਾ। ਤੁਸੀਂ, ਤੁਹਾਡਾ ਦਿਲ ਅਮੀਰ ਹੈ, ਜਿਸ ਕਰਕੇ ਤੁਸੀਂ ਹਜ਼ਾਰਾਂ ਪਾਰਟੀਸਪੈਂਟ 'ਚੋਂ ਸਿਰਫ 7 ਸਿਲੈਕਟ ਹੋ ਕੇ ਸਾਡੇ ਸਟੂਡੀਓ ਦੇ ਵਿੱਚ ਆਏ ਹੋ, ਇਸ ਸੋਫੇ 'ਤੇ ਬੈਠੇ ਹੋ। ਇਸ ਸੋਫੇ 'ਤੇ ਉਹ ਕਲਾਕਾਰ ਬੈਠਦੇ ਨੇ ਜਿਨ੍ਹਾਂ ਨੂੰ ਫੰਕਾਰ, ਜਿਹੜੇ ਉਹਨਾਂ ਨੂੰ ਸਟਾਰ ਅਤੇ ਸੈਲੀਬ੍ਰਿਟੀ ਕਿਹਾ ਜਾਂਦਾ ਹੈ। ਸੋ ਤੁਸੀਂ ਦੇਖੋ, ਤੁਹਾਨੂੰ ਕਿੰਨਾ ਮਾਣ ਮਹਿਸੂਸ ਹੋਏਗਾ ਆਪਣੀ ਇਸ ਕਲਾ 'ਤੇ, ਆਪਣੇ ਉਸ 'ਤੇ। ਕਦੀ ਵੀ ਫਿਊਚਰ 'ਚ ਇਹ ਨਾ ਕਹਿੰਦੇ ਕਿ ਮੈਂ ਮਿਡਲ ਕਲਾਸ ਫੈਮਿਲੀ ਤੋਂ ਹਾਂ ਜਾਂ ਕਿਸੇ ਹੋਰ ਫੈਮਿਲੀ ਤੋਂ ਹਾਂ। ਫੈਮਿਲੀ ਦਾ ਕੁਛ ਨਹੀਂ ਹੁੰਦਾ, ਇਹ ਸਭ ਰੱਬ ਦੇ ਬਣਾਏ ਹੁੰਦੇ ਨੇ, ਤੁਹਾਡਾ ਇੱਕ ਕਰੈਕਟਰ ਦੁਨੀਆਂ 'ਤੇ ਬਣਾ ਕੇ ਭੇਜਤਾ ਰੱਬ ਨੇ, ਠੀਕ ਹੈ। ਐਕਚੁਅਲ 'ਚ ਉਹ ਵੱਡਾ ਡਾਇਰੈਕਟਰ ਉਹ ਹੈ, ਠੀਕ ਹੈ, ਉਸਨੇ ਬਣਾਤਾ ਜੀ, ਤੁਹਾਡੇ ਕੋਲ ਇੰਨਾ ਪੈਸਾ, ਤੁਹਾਡੇ ਕੋਲ ਇੰਨਾ ਪੈਸਾ, ਤੁਹਾਡੇ ਕੋਲ ਇੰਨਾ ਪੈਸਾ। ਹੁਣ ਜੋ ਅਸੀਂ ਸ਼ੂਟ ਕਰ ਰਹੇ ਹਾਂ, ਐਕਚੁਅਲ ਪੂਰਾ ਸ਼ੂਟ ਉਸ ਰੱਬ ਦੀ ਹਵੇਲੀ 'ਚ ਹੋ ਰਿਹਾ, ਜਿਹਨੂੰ ਅਸੀਂ ਦੁਨੀਆਂ ਕਹਿੰਦੇ ਹਾਂ, ਠੀਕ ਹੈ। ਕੀ ਤੁਸੀਂ ਪਹਿਲਾਂ ਸੋਚਿਆ ਸੀ ਕਿ ਮੈਂ, ਹਾਂ ਮੈਨੂੰ ਮਾਡਲ ਦਾ ਅਵਾਰਡ ਮਿਲੇਗਾ ਕਦੀ? ਮੈਂ ਸੋਚਿਆ ਨਹੀਂ ਸੀ ਕਦੇ, ਮੈਂ ਉੱਧਰ ਜਾ ਕੇ ਨਰਵਸ ਹੋਵਾਂ, ਇੰਨਾ ਘਬਰਾ ਗਿਆ ਸੀ, ਮੈਂ ਸਮਝ ਨਹੀਂ ਆ ਰਿਹਾ ਸੀ ਕੀ ਕਰਾਂ ਮੈਂ ਉੱਧਰ ਜਾ ਕੇ, ਪਰ ਮੈਂ ਆਪਣੇ ਆਪ 'ਤੇ ਹੌਸਲਾ ਰੱਖਿਆ, ਹਾਂ ਵੀ ਆਤਿਸ਼ ਤੂੰ ਕਰ ਸਕਦਾ ਵਾਂ, ਪਰ ਮੈਂ ਆਪਣੇ 'ਤੇ ਹਿੰਮਤ ਰੱਖੀ ਅਤੇ ਕਰਕੇ ਦਿਖਾਇਆ। ਕਿ ਆਤਿਸ਼ ਪਰਫੋਰਮ ਕਰ ਰਹੇ ਸੀਗੇ ਅਤੇ ਕਾਫੀ ਨਰਵਸ ਸੀਗੇ, ਔਰ ਨੋ ਵਨ ਕੈਨ ਜੱਜ ਔਰ ਨੋ ਵਨ ਕੈਨ ਇਮੈਜਿਨ ਕਿ ਆਤਿਸ਼ ਇੱਕ ਬੈਸਟ ਮਾਡਲ ਦਾ ਅਵਾਰਡ ਜਿੱਤ ਕੇ ਅੱਜ ਸਾਡੇ ਸਟੂਡੀਓ ਦੇ ਵਿੱਚ ਇੱਕ ਸਟਾਰ ਦੀ ਸੀਟ 'ਤੇ ਬੈਠ ਕੇ ਇੱਕ ਇੰਟਰਵਿਊ ਕਰਦੇ ਹੋਣਗੇ, ਕਿਉਂਕਿ ਉਸ ਟਾਈਮ ਜੂਰੀ ਦੇ ਵਿੱਚ ਤੁਹਾਡੇ ਨਾਲ ਅਲਫਾਜ਼ ਸੀਗੇ, ਸਿਮਰ ਕੌਰ ਸੀਗੇ ਅਤੇ ਪ੍ਰਿਥਵੀ ਸਰ ਆਪ ਵੀ ਸੀਗੇ, ਅਤੇ ਇਹਨਾਂ ਨੇ ਜੂਰੀ 'ਚ ਜੱਜਮੈਂਟ ਕੀਤੀ ਔਰ ਸਹੀ ਫੈਸਲਾ ਲਿੱਤਾ ਤੁਹਾਡੀ ਕਲਾ ਨੂੰ ਦੇਖਦੇ ਹੋਏ, ਤਾਂ ਕਰਕੇ ਤੁਹਾਨੂੰ ਅੱਜ ਉਹ ਪਲੇਟਫਾਰਮ ਦਿੱਤਾ ਹੈਗਾ। ਉਸ ਤੋਂ ਬਾਅਦ ਪੂਰੀ ਜੂਰੀ ਨੇ ਫੈਸਲਾ ਜਿਹੜਾ ਲਿੱਤਾ ਹੈਗਾ, ਉਹ ਚਾਹੇ ਪੈਨਲ ਜਿਊਰੀ ਦਾ ਹੀ ਸੀਗਾ, ਲੇਕਿਨ ਉਹਦੇ ਵਿੱਚ ਫੈਸਲਾ ਸੀਗਾ, ਆਡੀਅੰਸ ਦਾ ਫੈਸਲਾ ਮੰਨਿਆ ਗਿਆ, ਇੱਕ ਤਰ੍ਹਾਂ ਦਾ ਟਰਾਂਸਪੇਰੈਂਟ ਅਤੇ ਰੇਅਰ ਫੈਕਟ ਸੀਗਾ ਉਹ, ਕਿ ਜਿਸ ਕਰਕੇ ਇੱਕ ਅਸਲੀ ਟੈਲੈਂਟ ਨੂੰ ਅੱਗੇ ਆਉਣ ਦਾ ਮੌਕਾ ਮਿਲਿਆ ਹੈਗਾ, ਉਹ ਜਿਵੇਂ ਕਿ ਆਤਿਸ਼ ਵੀ ਸਾਡੇ ਅੱਗੇ ਬੈਠੇ ਹੋਏ ਹਨ, ਉਹ ਆਤਿਸ਼ ਵੀ ਉਸ MF ਦਾ ਇੱਕ ਹਿੱਸਾ ਹਨ, ਜਿਵੇਂ ਕਿ ਸਾਡੇ A1 ਮਿਊਜ਼ਿਕ ਦਾ ਇੱਕ ਹਿੱਸਾ ਬਣੇ ਹੋਏ ਨੇ। ਮੈਨੂੰ ਬਹੁਤ ਅੱਛਾ ਲੱਗ ਰਿਹਾ, ਮੈਂ ਕਦੇ ਸੋਚਿਆ ਨਹੀਂ ਸੀ ਕਿ ਇੱਥੇ ਮੈਂ ਇੱਥੇ ਤੱਕ ਪਹੁੰਚੂਗਾ, ਪਰ MF ਫਿਲਮ ਪ੍ਰੋਡਕਸ਼ਨ ਦੇ ਵਿੱਚ ਉਹਨਾਂ ਨੇ ਮੈਨੂੰ ਮੌਕਾ ਦਿੱਤਾ ਕਿ ਇੱਥੇ ਤੱਕ ਪਹੁੰਚਣ ਦਾ। ਮੈਂ ਕਦੇ ਨਹੀਂ ਸੋਚਿਆ ਸੀ ਕਿ ਮੈਂ ਇਸ ਜਗ੍ਹਾ 'ਤੇ ਅੱਜ ਮੈਂ ਪਹੁੰਚੂਗਾ, ਵੱਡੇ ਵੱਡੇ ਸਟਾਰ ਬੰਦੇ ਨੇ ਇੱਥੇ, ਪਰ ਮੈਂ ਕਦੇ ਨਹੀਂ ਸੋਚਿਆ ਸੀ ਕਿ ਇਸ ਜਗ੍ਹਾ ਤੱਕ ਮੈਂ ਪਹੁੰਚ ਪਾਊਂਗਾ, ਪਰ ਆਪਣੀ ਮਿਹਨਤ ਨਾਲ ਮੈਂ ਇੱਥੇ ਤੱਕ ਪਹੁੰਚਿਆ। ਜਿਵੇਂ ਕਿ ਮੈਂ ਦੱਸਣਾ ਚਾਹਾਂਗਾ, ਤੁਸੀਂ ਕਿਹਾ ਕਿ ਇੱਥੇ ਵੱਡੇ ਵੱਡੇ ਸਟਾਰ ਬੈਠਦੇ ਨੇ, ਮਿਹਨਤ ਹੋਰ ਕਰੋ, ਇਸ ਤੋਂ ਵੀ ਵੱਡੇ ਹੋਰ ਸਟਾਰ ਬਣੋਗੇ ਤੁਸੀਂ। ਮਿਹਨਤ, ਇੱਕ ਜਜ਼ਬਾਤ ਹੋਣਾ ਚਾਹੀਦਾ ਅੰਦਰ। ਦੁਨੀਆ ਡੀਮੋਟੀਵੇਟ ਤਾਂ ਸਾਰੇ ਕਰਦੇ ਨੇ, ਯਾਰ ਕੁਛ ਨਹੀਂ ਕਰ ਸਕਦਾ, ਕੁਛ ਨਹੀਂ ਕਰ ਸਕਦਾ, ਪਰ ਸੋਚੋ ਕਿ ਹਾਂ ਮੈਂ ਕਰ ਸਕਦਾ, ਦੈਨ ਯੂ ਕੈਨ ਡੂ ਐਨੀਥਿੰਗ ਇਨ ਦਾ ਵਰਲਡ। ਰੱਬ ਨੂੰ ਵੀ ਲੋਕ ਪਾ ਲੈਂਦੇ ਨੇ, ਜਿਹੜੇ ਕਹਿੰਦੇ ਸੀ ਰੱਬ ਨੂੰ ਪਾਉਣਾ ਹੈਗਾ, ਅਤੇ ਰੱਬ ਦੀ ਗੱਲ ਚੱਲ ਰਹੀ ਹੈ ਅਤੇ ਉੱਥੋਂ ਮੈਂ ਤੁਹਾਨੂੰ
ਪ੍ਰਿਥਵੀ ਸਰ ਤੁਹਾਡੇ ਲਈ ਇੱਕ ਰੱਬ ਦਾ ਰੂਪ ਬਣ ਕੇ ਆਏ ਨੇ। ਮੈਂ ਚਾਹੁੰਦਾ ਦੋ ਲਫ਼ਜ਼ ਪ੍ਰਿਥਵੀ ਸਰ ਬਾਰੇ ਸਾਡੇ ਆਡੀਅੰਸ ਨੂੰ ਦੱਸੋ। ਸਰ ਬਹੁਤ ਚੰਗੇ ਇਨਸਾਨ ਨੇ, ਉਹਨਾਂ ਨੇ ਸਾਨੂੰ ਮੌਕਾ ਦਿੱਤਾ ਇੱਥੇ ਤੱਕ ਪਹੁੰਚਾਇਆ, ਉਹਨਾਂ ਦਾ ਬਹੁਤ ਜ਼ਿਆਦਾ ਧੰਨਵਾਦ, ਸਾਰਿਆਂ ਦਾ ਧੰਨਵਾਦ ਜੀ ਸਾਨੂੰ ਇੱਥੇ ਤੱਕ ਪਹੁੰਚਾਇਆ ਉਹਨਾਂ ਨੇ, ਕਿਉਂਕਿ ਸਾਨੂੰ ਯਕੀਨ ਨਹੀਂ ਸੀਗਾ ਜੀ ਅਸੀਂ ਇੱਥੇ ਤੱਕ ਪਹੁੰਚ ਜਾਵਾਂਗੇ, ਪਰ ਜਿਹੜੇ ਪ੍ਰਿਥਵੀ ਸਰ ਸੀਗੇ ਸਾਡੇ ਲਈ ਪਰਮਾਤਮਾ ਬਣ ਕੇ ਆਏ, ਉਹਨਾਂ ਨੇ ਸਾਨੂੰ ਇੱਥੇ ਤੱਕ ਪਹੁੰਚਾਇਆ। ਬਹੁਤ ਅੱਛਾ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ ਜੀ। ਸੋ ਤੁਹਾਡੇ ਨਾਲ ਸਫ਼ਰ ਰਿਹਾ ਛੋਟਾ ਲੇਕਿਨ ਬੜਾ ਪਿਆਰਾ ਸਫ਼ਰ ਰਿਹਾ, ਕਿਉਂਕਿ ਮਾਡਲ ਹੈ, ਮਾਡਲ ਤਾਂ ਫਿਰ ਸਿਰਫ ਤੁਰ ਕੇ ਦਿਖਾਏਗਾ, ਗੱਲਬਾਤ ਤਾਂ ਘੱਟ ਹੀ ਕਰੂਗਾ, ਜੇ ਸਿੰਗਰ ਹੁੰਦੇ ਫਿਰ ਤਾਂ ਅਸੀਂ ਦੋ ਤਿੰਨ ਗਾਣੇ ਵੀ ਸੁਣ ਲੈਂਦੇ, ਹੈ ਨਾ। ਠੀਕ ਹੈ, ਬਹੁਤ ਅੱਛਾ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ। ਸੋ ਅਸੀਂ ਚਾਹੁੰਦੇ ਕਿ ਇਹ ਸਿਲਸਿਲਾ ਤੁਹਾਡਾ ਇੰਡਸਟਰੀ ਦੇ ਵਿੱਚ ਜਿਵੇਂ ਹੁਣ ਸ਼ੁਰੂ ਹੋਇਆ ਹੈਗਾ, ਵੱਡੇ ਤੁਸੀਂ ਐਲਬਮਸ ਦੇ ਵਿੱਚ ਆਓ, ਵੱਡੇ ਗਾਣੇ ਦੇ ਵਿੱਚ ਆਓ, ਵੱਡੇ ਪ੍ਰਿੰਟ ਐਡ ਕਰੋ, ਤੁਹਾਡੇ ਏਅਰਪੋਰਟ 'ਤੇ ਤੁਹਾਡੇ ਹੋਰਡਿੰਗ ਲੱਗੀਆਂ ਹੋਣ, ਅਸੀਂ ਜਾਈਏ ਅਸੀਂ ਕਹੀਏ ਉਹ ਯਾਰ ਆਰਟਿਸਟ ਲੱਗਿਆ ਹੋਇਆ, ਆਰਟਿਸਟ ਨੇ ਪਹਿਲਾ ਪਲੇਟਫਾਰਮ MF ਤੋਂ ਦਿੱਤਾ ਅਤੇ A1 ਮਿਊਜ਼ਿਕ ਨੇ ਪਹਿਲਾਂ ਛੋਟੀ ਦਾ ਕੀਤਾ ਸੀ। ਸੋ ਤੁਹਾਡਾ ਪਹਿਲਾ ਐਕਸਕਲੂਸਿਵ ਸ਼ੋਅ ਹੈ ਨਾ, ਪਹਿਲਾ ਐਕਸਕਲੂਸਿਵ ਸ਼ੋਅ ਹੈਗਾ, ਔਰ ਦੇਖ ਲਓ ਗੱਲਾਂ ਦਿਲ ਦੀਆਂ ਗੀਤਾਂ ਦੇ ਨਾਲ ਵਿੱਚ ਪਹਿਲੇ ਐਪੀਸੋਡ, ਇਹਨਾਂ ਦਾ ਪਹਿਲਾ ਐਪੀਸੋਡ ਹੈ ਅਤੇ ਇਹ ਕਲਾਕਾਰ ਸਾਰੇ ਫਰੈਸ਼ਰ ਨੇ, ਸਾਰੇ ਨਿਊ ਨੇ, ਅਤੇ ਦੇਖ ਲਓ ਇਹਨਾਂ ਨੂੰ ਪਲੇਟਫਾਰਮ ਕਿੱਥੇ ਮਿਲਿਆ A1 ਮਿਊਜ਼ਿਕ ਦੇ ਇਸ ਪ੍ਰੋਗਰਾਮ ਦੇ ਵਿੱਚ। ਕਿਉਂਕਿ ਮੈਂ ਦੱਸਣਾ ਚਾਹਾਂਗਾ ਆਪਣੇ ਆਡੀਅੰਸ ਨੂੰ ਕਿ ਤੁਸੀਂ ਅੱਜ ਉਸ ਸੋਫੇ 'ਤੇ ਬੈਠੇ ਹੋ ਜਿੱਥੇ ਵੱਡੇ ਵੱਡੇ ਕਲਾਕਾਰ, ਫਨਕਾਰ, ਸਰਦੂਲ ਸਾਹਿਬ, ਸਾਬਰਕੋਟੀ ਸਾਹਿਬ, ਵੱਡੇ ਵੱਡੇ ਕਲਾਕਾਰ ਇੱਥੇ ਆ ਕੇ ਬੈਠ ਕੇ ਸਾਡੇ ਨਾਲ ਗੱਲਾਂ ਬਾਤਾਂ ਸਾਂਝੀਆਂ ਕਰਕੇ ਗਏ ਨੇ, ਸਾਡੇ ਸੈੱਟ 'ਤੇ ਆਏ ਨੇ। ਸੋ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਸਟੂਡੀਓ ਦੇ ਵਿੱਚ ਆਪਣਾ ਇੰਨਾ ਕੀਮਤੀ ਸਮੇਂ ਕੱਢ ਕੇ ਆਏ ਜੀ। ਫਿਲਹਾਲ ਵਕਤ ਹੋ ਚੁੱਕਿਆ ਇੱਕ ਛੋਟੇ ਜਿਹੇ ਬ੍ਰੇਕ ਦਾ, ਬ੍ਰੇਕ ਤੋਂ ਬਾਅਦ ਅਸੀਂ ਗੱਲਬਾਤ ਕਰਾਂਗੇ ਓਜਸਵੀ ਦੇ ਨਾਲ ਅਤੇ ਜਾਣਾਂਗੇ ਕਿ ਉਹਨਾਂ ਦਾ ਕੀ ਕਹਿਣਾ ਹੈ ਪ੍ਰਿਥਵੀ ਸਰ ਦੇ ਬਾਰੇ ਅਤੇ MF ਫਿਲਮ ਪ੍ਰੋਡਕਸ਼ਨ ਦੇ ਬਾਰੇ ਕੀ ਕਹਿਣਾ, ਅਤੇ ਜਿਹੜਾ ਉਹਨਾਂ ਨੂੰ ਇਹ ਚਾਂਸ ਮਿਲਿਆ ਬੋਲੀਵੁੱਡ ਦੇ ਵਿੱਚ, ਬੋਲੀਵੁੱਡ ਸੈਂਸੇਸ਼ਨ 2018 ਦਾ ਉਹਨਾਂ ਨੇ ਕੀ ਖਿਤਾਬ ਜਿੱਤਿਆ, ਇਹ ਅਸੀਂ ਬ੍ਰੇਕ ਤੋਂ ਬਾਅਦ ਤੁਹਾਨੂੰ ਦੱਸਾਂਗੇ। ਤੁਸੀਂ ਦੇਖਦੇ ਰਹੋ A1 ਮਿਊਜ਼ਿਕ। ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ, ਤੁਸੀਂ ਦੇਖ ਰਹੇ ਹੋ ਗੱਲਾਂ ਦਿਲ ਦੀਆਂ ਗੀਤਾਂ ਨਾਲ। ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਕਿ ਅੱਜ ਅਸੀਂ ਸਫ਼ਰ ਉਹ ਤੈਅ ਕਰ ਰਹੇ ਹਾਂ ਜਿਹਦੇ ਵਿੱਚ ਨਵੇਂ ਨਵੇਂ ਕਲਾਕਾਰ ਸਾਡੇ ਵਿੱਚ ਮੌਜੂਦ ਹਨ, ਉਹ ਕਲਾਕਾਰ ਜਿਨ੍ਹਾਂ ਨੇ MF ਫਿਲਮ ਪ੍ਰੋਡਕਸ਼ਨ ਵੱਲੋਂ ਗ੍ਰੈਂਡ ਫਿਨਾਲੇ ਦਾ ਅਵਾਰਡ ਜਿੱਤ ਕੇ, ਉਹਦੇ ਵਿੱਚ ਆਪਣੀ ਅਲੱਗ ਅਲੱਗ ਕੈਟੇਗਰੀਜ਼ ਅਵਾਰਡ ਜਿੱਤ ਕੇ ਅੱਜ ਉਹ ਸਾਡੇ ਵਿੱਚ ਮੌਜੂਦ ਹਨ। ਜਿਵੇਂ ਕਿ ਹੁਣ ਮੈਂ ਅਗਲੇ ਕਲਾਕਾਰ ਨਾਲ ਗੱਲਬਾਤ ਕਰਨ ਜਾ ਰਿਹਾ ਜਿਹੜਾ ਕਿ ਮਿਸਟਰ ਟੈਲੈਂਟਡ 2018 ਦਾ ਬੈਸਟ ਟੈਲੈਂਟਡ ਅਵਾਰਡ ਜਿੱਤ ਕੇ ਆਇਆ, ਉਸਦਾ ਨਾਮ ਹੈ ਜਸਵਿੰਦਰ ਸਿੰਘ। ਆਓ ਆਪਾਂ ਗੱਲਬਾਤ ਕਰਦੇ ਹਾਂ ਜਸਵਿੰਦਰ ਸਿੰਘ ਦੇ ਨਾਲ। ਸਤਿ ਸ਼੍ਰੀ ਅਕਾਲ ਜਸਵਿੰਦਰ, ਕੀ ਹਾਲ ਚਾਲ ਹੈ ਤੁਹਾਡਾ? ਬਹੁਤ ਵਧੀਆ ਜੀ, ਤੁਸੀਂ ਸੁਣਾਓ ਸਰ। ਅੱਛਾ, ਕਿਵੇਂ ਤੁਹਾਡਾ ਸਫ਼ਰ ਸ਼ੁਰੂ ਹੋਇਆ MF ਦੇ ਨਾਲ? ਸਰ ਮੇਰਾ ਸਫ਼ਰ ਇਸ ਤਰ੍ਹਾਂ ਸ਼ੁਰੂ ਹੋਇਆ, ਮੈਂ ਇੱਕ ਮਿਡਲ ਪਲੱਸ 1 ਜੋਬ ਇੱਕ ਕਰਦਾ ਵਾਂ, ਨਾਲ ਜੋਬ ਵਗੈਰਾ ਵੀ ਕਰਦਾ ਵਾਂ, ਅਤੇ ਮੈਨੂੰ ਮੇਰੇ ਫਰੈਂਡ ਦਾ ਫੋਨ ਆਇਆ ਸੀ, ਕਹਿ ਰਿਹਾ ਵੀ ਆਡੀਸ਼ਨ ਹੋ ਰਹੀਆਂ ਨੇ MF ਫਿਲਮ ਪ੍ਰੋਡਕਸ਼ਨ ਦੀਆਂ, ਜੋ ਕਿ ਪ੍ਰਿਥਵੀ ਸਰ ਹੁਣ ਨੇ ਕਰਵਾ ਰਹੇ ਨੇ, ਜੋ ਉਹਨਾਂ ਦੇ ਉਹ ਪ੍ਰੋਡਿਊਸਰ ਨੇ, ਅਤੇ ਮੈਂ ਉੱਥੇ ਆਡੀਸ਼ਨ ਦੇਣ ਗਿਆ ਸੀ। ਮੈਂ ਬਹੁਤ ਨਰਵਸ ਸੀਗਾ ਕਿ ਮੈਂ ਕਿੱਦਾਂ ਦਊਂਗਾ, ਪਰ ਫਿਰ ਵੀ ਆਪਾਂ ਥੋੜ੍ਹਾ ਹੌਸਲਾ ਕੀਤਾ ਅਤੇ ਮਤਲਬ ਆਪਣਾ ਜੇ ਕਹਿ ਰਹੇ ਸੀ ਜੋ ਟੈਲੈਂਟ ਆਉਂਦਾ ਤੁਹਾਨੂੰ ਉਹ ਦਿਖਾਓ, ਤਾਂ ਮੇਰੀ ਭੰਗੜਾ ਪਰਫੋਰਮੈਂਸ ਸੀ ਜਿਸ ਕਰਕੇ ਮੈਨੂੰ ਅੱਜ ਟੈਲੈਂਟ ਅਵਾਰਡ ਮਿਲਿਆ, ਅਤੇ ਮੈਂ ਬਹੁਤ ਖੁਸ਼ ਹਾਂ ਇਸ ਗੱਲ ਦਾ ਕਿ ਬਹੁਤ ਮਜ਼ਾ ਆਇਆ ਉਸ ਸਫ਼ਰ ਦੇ ਵਿੱਚ, ਬਹੁਤ ਮਤਲਬ ਕਹਿ ਲਓ ਬਹੁਤ ਖੁਸ਼ੀ ਹੋ ਰਹੀ ਅੱਜ ਵੀ ਆਪਾਂ ਉਸ ਚੀਜ਼ ਨੂੰ ਜਿੱਤਿਆ, ਤਾਂ ਬਹੁਤ ਮਜ਼ਾ ਆਇਆ ਸਰ। ਆਪਾਂ ਇਹ ਕਹਿ ਸਕਦੇ ਹਾਂ ਕਿ ਜਿਸ ਤਰ੍ਹਾਂ ਦਾ ਇੱਕ ਵੱਡੇ ਸਟਾਰ ਦੇ ਲਈ ਅਵਾਰਡ ਜਿੱਤਣਾ ਹੁੰਦਾ, ਤੁਹਾਡੇ ਲਈ ਵੀ ਤੁਸੀਂ ਇੱਕ ਤਰ੍ਹਾਂ ਪਲੇਟਫਾਰਮ 'ਤੇ ਇੱਕ ਸਟੇਜ 'ਤੇ ਇੱਕ ਅਵਾਰਡ ਜਿੱਤਿਆ, ਉਹ ਵੀ ਤੁਸੀਂ ਇੱਕ ਸਟਾਰ ਦੀ ਤਰ੍ਹਾਂ ਜਿੱਤਿਆ। ਹਾਂਜੀ ਹਾਂਜੀ, ਇੰਨੇ ਵੱਡੇ ਵੱਡੇ ਸਟਾਰ ਤੁਹਾਡੇ ਨਾਲ ਖੜ੍ਹੇ ਸੀ ਸਟੇਜ 'ਤੇ, ਪ੍ਰਿਥਵੀ ਸਰ ਖੜ੍ਹੇ ਸੀ ਤੁਹਾਡੇ ਨਾਲ ਸਿਮਰ ਕੌਰ ਜੀ ਖੜ੍ਹੇ ਸੀ, ਅਲਫਾਜ਼ ਜੀ ਇਸ ਤੋਂ ਪਹਿਲਾਂ ਆਡੀਸ਼ਨ ਦੇ ਵਿੱਚ ਜਿਊਰੀ ਦੇ ਵਿੱਚ ਸੀਗੇ, ਇੰਨੇ ਵੱਡੇ ਕਲਾਕਾਰ ਦੇ ਵਿੱਚ ਤੁਸੀਂ ਸਟੇਜ 'ਤੇ ਖੜ੍ਹੇ ਹੋ, ਅਵਾਰਡ ਜਿੱਤਿਆ, ਤਾਂ ਤੁਹਾਡੇ ਅੰਦਰ ਵੀ ਜ਼ਰੂਰ ਕੋਈ ਟੈਲੈਂਟ ਹੈਗਾ ਹੀ ਹੈ, ਤਾਂ ਹੀ ਤੁਸੀਂ ਅੱਜ ਇਸ ਮੁਕਾਮ 'ਤੇ ਪਹੁੰਚੇ ਹੋ। ਜੀ ਜੀ, ਕੀ ਤੁਸੀਂ ਪਹਿਲਾਂ ਸੋਚਿਆ ਸੀ ਕਿ ਹਾਂ ਮੈਨੂੰ ਇਹ ਅਵਾਰਡ ਮਿਲੇਗਾ ਕਿ ਜਾਂ ਮੈਂ ਇਸ ਲਾਈਨ 'ਚ ਜਾਵਾਂਗਾ? ਪਹਿਲੇ ਤਾਂ ਮੈਂ ਆਪਣਾ ਪਲੇਬੈਕ ਸੋਚਿਆ ਹੋਇਆ ਸੀ ਵੀ ਮਤਲਬ ਕੁਛ ਨਹੀਂ, ਮਤਲਬ ਪੜ੍ਹਾਈ ਕਰਕੇ ਆਪਣਾ ਗ੍ਰੈਜੂਏਟ ਕਰਕੇ ਕੋਈ ਜੋਬ ਵਗੈਰਾ ਕਰਾਂਗੇ, ਪਰ ਹੌਲੀ ਹੌਲੀ ਜਿੱਦਾਂ ਬੰਦਾ ਵੱਡਾ ਹੁੰਦਾ ਜਾਂਦਾ ਤਾਂ ਉਹਦੇ ਸ਼ੌਂਕ ਵੀ ਵੱਧਦੇ ਜਾਂਦੇ ਨੇ, ਤਾਂ ਮੈਨੂੰ ਸ਼ੌਂਕ ਬਹੁਤ ਸੀਗਾ ਭੰਗੜੇ ਵਗੈਰਾ ਦਾ, ਐਕਟਿੰਗ ਵਗੈਰਾ ਦਾ। ਆਪਾਂ ਜਾਂਦੇ ਯਾਰਾਂ ਦੋਸਤਾਂ ਰਹਿੰਦੇ, ਦੇਖਦੇ ਹਾਂ ਇੱਕ ਦੂਜੇ ਨੂੰ, ਹਾਂ ਬਈ ਬੰਦਾ ਆਹ ਕਰ ਰਿਹਾ, ਤਾਂ ਆਪਣੇ ਆਪ 'ਚ ਵੀ ਜਨੂੰਨ ਆਉਂਦਾ ਥੋੜ੍ਹਾ ਕਿ ਆਪਾਂ ਕਰੀਏ ਅੱਗੇ ਕੁਛ, ਤਾਂ ਉਸ ਜਗ੍ਹਾ ਤੋਂ ਮੈਨੂੰ ਸ਼ੌਂਕ ਪਿਆ ਸੀਗਾ, ਫਿਰ ਉਸ ਤਰ੍ਹਾਂ ਮੈਂ ਅੱਗੇ ਅੱਗੇ ਵੱਧਦਾ ਗਿਆ, ਤਾਂ ਅੱਜ ਮੈਨੂੰ MF ਫਿਲਮ ਪ੍ਰੋਡਕਸ਼ਨ ਦਾ ਪਲੇਟਫਾਰਮ ਮਿਲਿਆ ਜਿਹਦੇ ਦੁਆਰਾ ਮੈਂ ਅੱਜ ਇੱਥੇ ਬੈਠਾ, ਅੱਜ ਤੁਹਾਡੇ ਸਾਹਮਣੇ ਤੁਹਾਡੇ ਰੂਬਰੂ ਹੋ ਰਿਹਾ ਵਾਂ, ਤਾਂ ਬਹੁਤ ਮਜ਼ਾ ਆ ਰਿਹਾ ਇਸ ਗੱਲ ਦਾ ਕਿ ਮੈਂ ਜਿੱਥੇ ਹਾਂ। ਫੈਮਿਲੀ ਨੇ ਕਦੀ ਕਿਹਾ ਨਹੀਂ ਕਿ ਨਹੀਂ ਹਾਂ ਇਸ ਲਾਈਨ 'ਚ ਨਹੀਂ ਜਾਣਾ, ਜਾਂ ਇਸ ਲਾਈਨ 'ਚ ਕਿਉਂ ਜਾ ਰਿਹਾ, ਨਹੀਂ ਤੂੰ ਨੌਕਰੀ ਕਰ, ਨੌਕਰੀ 'ਚ ਠੀਕ ਹੈ ਚੱਲਦਾ ਰਹੇਗਾ, ਖਰਚਾ ਜੇਬ ਖਰਚੇ ਨਿਕਲਦੀ ਰਹੇਗੀ? ਫੈਮਿਲੀ ਕਹਿੰਦੇ ਸੀ ਜੋ ਕਰਨਾ ਕਰ,
ਪਰ ਕੁਛ ਮਤਲਬ ਗਲਤ ਕੰਮ ਨਹੀਂ ਕਰਨੇ ਹੈਗੇ, ਜਿੱਦਾਂ ਨਸ਼ਿਆਂ ਵਗੈਰਾ 'ਚ ਕੁਛ ਵੀ ਆਪਾਂ ਕਰਦੇ ਹਾਂ। ਕਹਿ ਰਹੇ ਬਸ ਨਾਮ ਹੋਣਾ ਚਾਹੀਦਾ, ਜਿਹੜਾ ਮਰਜ਼ੀ ਕਰੋ, ਕੰਮ ਕੋਈ ਛੋਟਾ ਨਹੀਂ ਹੁੰਦਾ ਹੈਗਾ, ਕੰਮ ਹਰੇਕ ਵੱਡਾ ਹੁੰਦਾ ਆਪਣੇ ਆਪਣੇ ਲੈਵਲ 'ਤੇ। ਤਾਂ ਕਰਦਿਆਂ ਨੇ ਅੱਜ ਤੱਕ ਮੈਨੂੰ ਕਦੇ ਮਨਾ ਨਹੀਂ ਕੀਤਾ, ਕਹਿੰਦੇ ਜੋ ਕਰਨਾ ਕਰ, ਪਰ ਵਧੀਆ ਕਰਨਾ ਆਪਣਾ, 100% ਦੇਣਾ ਜਿੱਥੇ ਵੀ ਦੇਣਾ। ਲੁਧਿਆਣੇ ਦਾ ਆਡੀਸ਼ਨ ਵੀ ਸਫ਼ਰ ਤੈਅ ਕੀਤਾ ਸੀ, ਦਿੱਤਾ ਸੀ ਕਿ ਜਾਂ ਸਿਰਫ ਸਿੱਧਾ ਚੰਡੀਗੜ੍ਹ ਤੋਂ ਐਂਟਰੀ ਲਈ? ਨਹੀਂ ਨਹੀਂ ਸਰ, ਪਹਿਲੇ ਮੈਂ ਲੁਧਿਆਣੇ 'ਚ ਆਡੀਸ਼ਨ ਦਿੱਤਾ ਸੀ ਆਪਣੇ ਭੰਗੜੇ ਦਾ, ਅਤੇ ਉਸ ਤੋਂ ਬਾਅਦ ਮੈਂ CGC ਸਲਾਂਡਰਾ ਕਾਲਜ ਚੰਡੀਗੜ੍ਹ ਗਿਆ ਸੀਗਾ, ਜਿੱਥੇ ਮੇਰਾ ਸੈਮੀਫਾਈਨਲ ਹੋਇਆ ਸੀ। ਉਸ ਤੋਂ ਬਾਅਦ ਮੇਰਾ ਫਾਈਨਲ ਰਾਊਂਡ ਹੋਇਆ ਸੀ ਜੋ ਕਿ ਪੰਚਕੂਲਾ 'ਚ, ਜਿੱਥੇ ਮੈਂ ਅਵਾਰਡ ਜਿੱਤਿਆ ਸੀ ਮਿਸਟਰ ਟੈਲੈਂਟ ਦਾ। ਦੱਸਣਾ ਚਾਹਾਂਗਾ ਕਿ ਜਿਵੇਂ ਇਹਨਾਂ ਨੇ ਪਹਿਲਾ ਰਾਊਂਡ ਦਿੱਤਾ ਲੁਧਿਆਣਾ, ਦੂਜਾ ਦਿੱਤਾ ਇਹਨਾਂ ਨੇ CGC ਸਲਾਂਡਰਾ ਚੰਡੀਗੜ੍ਹ ਦੇ ਕੋਲ, ਤੀਜਾ ਇਹਨਾਂ ਨੇ ਦਿੱਤਾ ਪੰਚਕੂਲਾ ਦੇ ਵਿੱਚ, ਅੱਜ ਚੌਥਾ ਰਾਊਂਡ ਹੋ ਰਿਹਾ ਜਿਹੜਾ ਪਟਿਆਲਾ ਦੇ ਵਿੱਚ। ਪਟਿਆਲੇ ਵਿੱਚ ਇੱਕ ਇਹੋ ਜਿਹਾ ਰਾਊਂਡ ਹੋ ਰਿਹਾ ਜਿਹਦੇ 'ਚ ਪੂਰੇ ਵਰਲਡ ਦੀ ਦੁਨੀਆ ਜਿਹੜੀ ਆਡੀਅੰਸ ਹੈ ਇਹ ਸਾਰੇ ਦੇਖ ਪਾਉਣਗੇ ਇਹਨਾਂ ਕਲਾਕਾਰਾਂ ਨੂੰ। ਉਹ ਮੰਚ ਸੀਗਾ, ਇੰਨਾ ਵੱਡਾ ਮੰਚ ਇਹਨਾਂ ਨੂੰ ਮਿਲਿਆ, ਅੱਜ ਆਪਣੇ ਐਪ ਦੇ ਰਾਹੀਂ, ਪ੍ਰੋਗਰਾਮ ਦੇ ਰਾਹੀਂ, ਟੈਲੀਵਿਜ਼ਨ ਦੇ ਰਾਹੀਂ, ਸੈਟੇਲਾਈਟ ਚੈਨਲ ਦੇ ਰਾਹੀਂ, ਬੜੇ ਇੱਕ ਸਿਸਟਮ ਇੰਨੇ ਬਣ ਗਏ ਨੇ, ਐਡਵਾਂਸ ਹੋ ਗਏ ਹੈ ਕਿ ਲੋਕ ਤੁਹਾਨੂੰ ਹਰ ਜਗ੍ਹਾ ਦੇਖ ਸਕਦੇ ਨੇ। ਜਿੱਥੇ ਬਹਿ ਕੇ ਵੀ ਐਪ ਖੋਲ੍ਹੀ ਤਾਂ ਤੁਹਾਨੂੰ ਦੇਖ ਸਕਦੇ ਨੇ, ਤਾਂ ਸਿਰਫ ਇਹ ਹੀ ਨਹੀਂ ਕਿ ਸਿਰਫ ਤੁਹਾਨੂੰ ਹਿੰਦੁਸਤਾਨ ਦੇ ਵਿੱਚ ਹੀ ਲੋਕ ਦੇਖ ਰਹੇ ਨੇ। ਅਤੇ ਅਸੀਂ ਚਾਹੁੰਦੇ ਕਿ ਜਾਣ ਤੋਂ ਪਹਿਲਾਂ ਤੁਸੀਂ ਸਾਡੇ ਆਡੀਅੰਸ ਨੂੰ ਕੁਝ ਕਹਿਣਾ ਚਾਹੋਗੇ? ਪਹਿਲੇ ਤਾਂ ਮੈਂ ਬਹੁਤ ਬਹੁਤ ਧੰਨਵਾਦ ਕਰਨਾ ਚਾਹੂੰਗਾ ਏਵਨ ਚੈਨਲ ਵਾਲਿਆਂ ਦਾ, ਜਿਨ੍ਹਾਂ ਨੇ ਮੈਨੂੰ ਇੰਨੀ ਸਪੋਰਟ ਕੀਤੀ ਅਤੇ ਅੱਜ ਮੈਨੂੰ ਇੱਥੇ ਬਿਠਾਇਆ। ਅਤੇ ਮੇਰਾ ਮੋਟਿਵ ਇਹੀ ਹੋਊਗਾ ਕਿ ਕਿਸੇ ਦੀਆਂ ਗੱਲਾਂ 'ਚ ਨਹੀਂ ਆਉਣਾ ਚਾਹੀਦਾ, ਕਿਉਂਕਿ ਲੋਕ ਬੜਾ ਕੁਛ ਕਹਿੰਦੇ, ਮੈਨੂੰ ਵੀ ਆਉਣ ਲੱਗਿਆ ਇੱਥੇ ਬੜੇ ਜਣੇ ਨੇ ਕਿਹਾ ਤੂੰ ਕੀ ਕਰ ਲਏਗਾ, ਤੂੰ ਆਪਣੇ ਵੱਲ ਦੇਖ, ਤੂੰ ਕੀ ਹੈਗਾ, ਕੀ ਕਰ ਕੀ ਲਏਗਾ ਤੂੰ, ਮਤਲਬ ਅੱਗੇ ਜਾ ਕੀ ਪਰਫੋਰਮ ਕਰੇਗਾ, ਤੇਰੇ 'ਚ ਕੀ ਹੈ। ਤੋ ਇਸ ਕਰਕੇ ਮੈਂ ਹਿੰਮਤ ਨਹੀਂ ਹਾਰੀ, ਮੈਂ ਅੱਗੇ ਕਰਦਾ ਰਿਹਾ। ਤਾਂ ਅੱਜ ਮੈਂ ਜਿੱਤਿਆ ਵੀ ਹਾਂ, ਮੈਂ ਜਿੱਤ ਕੇ ਉਸ ਬੰਦੇ ਕੋਲ ਵੀ ਗਿਆ ਸੀਗਾ ਜਿਹਨੂੰ ਆਪਣਾ ਅਵਾਰਡ ਦਿਖਾਇਆ, ਦੇਖ ਮੈਂ ਜਿੱਤ ਕੇ ਆਇਆ। ਤਾਂ ਮੇਰੇ ਹਿਸਾਬ ਨਾਲ ਇਹੀ ਆ ਵੀ ਕਦੇ ਪਿੱਛੇ ਨਹੀਂ ਹਟਣਾ ਚਾਹੀਦਾ, ਜੋ ਆਉਂਦਾ ਕੰਮ ਕਰੋ, ਅੱਗੇ ਵਧੋ, ਉਸਨੂੰ ਪਿੱਛੇ ਨਾ ਹਟੋ ਕਦੀ, ਉਸ ਕੰਮ ਤੋਂ ਅੱਗੇ ਵਧੇ। ਇੱਕ ਛੋਟਾ ਜਿਹਾ ਰਹਿ ਗਿਆ, ਕਿਉਂਕਿ ਜਿੰਨੇ ਵੀ ਪਾਰਟੀਸਪੈਂਟ ਆ ਰਹੇ ਨੇ, ਜਿੰਨੇ ਵੀ ਵਿਨਰ ਆ ਰਹੇ ਨੇ, ਜਿੰਨੇ ਵੀ ਕੈਂਡੀਡੇਟ ਆਏ ਨੇ, ਸਭ ਤੋਂ ਮੈਂ ਪ੍ਰਿਥਵੀ ਸਰ ਬਾਰੇ ਪੁੱਛ ਰਿਹਾ, ਕਿਉਂਕਿ ਉਹ ਇਸ ਦਾ ਮੇਨ ਬੈਕਬੋਨ ਨੇ, ਉਹ ਪ੍ਰੋਡਿਊਸਰ ਨੇ। ਉਹਨਾਂ ਬਾਰੇ ਦੋ ਅਲਫਾਜ਼ ਸਾਡੇ ਦਰਸ਼ਕਾਂ ਨੂੰ ਦੱਸੋ। ਪ੍ਰਿਥਵੀ ਸਰ ਬਾਰੇ ਤਾਂ ਸਰ ਕਹਿਣਾ ਹੀ ਬਹੁਤ ਵੱਡੀ ਗੱਲ ਹੈ ਕਿ ਬਹੁਤ ਅੱਛੇ ਸਰ ਹੈ, ਉਹਨਾਂ ਨੇ ਸਾਡੀ ਬਹੁਤ ਹੈਲਪ ਕੀਤੀ ਹੈ। ਅਤੇ ਮੈਂ ਕਹਿੰਦਾ ਪ੍ਰਿਥਵੀ ਸਰ ਸਾਨੂੰ ਇੱਕ ਉਹ ਸਟੋਰੀ ਸੁਣਾਉਂਦੇ ਹੁੰਦੇ ਹੈ, ਸਟੋਰੀ ਦੇ ਵਿੱਚ ਹਰ ਮੋਟੀਵੇਟ ਇੱਕ ਚੀਜ਼ ਹੁੰਦੀ ਹੈ, ਉਹ ਦੱਸਦੇ ਨੇ ਵੀ ਸਾਨੂੰ ਕਦੇ ਪਿੱਛੇ ਨਹੀਂ ਹਟਣਾ ਚਾਹੀਦਾ। ਇੱਕ ਗੱਲ ਉਹਨਾਂ ਨੇ ਹੋਰ ਕਹੀ ਸੀਗੀ ਕਿ ਸਾਨੂੰ ਇਹ ਨਹੀਂ ਸੋਚਣਾ ਚਾਹੀਦਾ ਸਾਡਾ ਲਾਈਫ 'ਚ ਗੋਲ ਕੀ ਹੈ, ਸਾਨੂੰ ਜੋ ਅੱਗੇ ਆਉਂਦਾ ਸਾਨੂੰ ਉਹ ਕਰਨਾ ਚਾਹੀਦਾ, ਉਸ ਕੰਮ ਤੋਂ ਕਦੇ ਪਿੱਛੇ ਨਹੀਂ ਹਟਣਾ ਚਾਹੀਦਾ। ਤਾਂ ਇਸ ਕਰਕੇ ਪ੍ਰਿਥਵੀ ਸਰ ਬਾਰੇ ਮੈਂ ਬਹੁਤ ਖੁਸ਼ ਹੁੰਦਾ ਕਿ ਇੱਦਾਂ ਦੇ ਇਨਸਾਨ ਵੀ ਹੈ ਆਪਣੀ ਦੁਨੀਆ 'ਚ ਜੋ ਇੱਕ ਦੂਸਰੇ ਦੀ ਹੈਲਪ ਲਈ ਕਰਦੇ ਹੈ। ਤਾਂ ਬਹੁਤ ਅੱਛਾ ਲੱਗਿਆ ਪ੍ਰਿਥਵੀ ਸਰ ਨੂੰ ਮਿਲ ਕੇ, ਬਹੁਤ ਅੱਛੇ ਸਰ। ਸਾਡੇ ਨਾਲ ਗੱਲਬਾਤ ਕੀਤੀ, ਸਾਡੇ ਨਾਲ ਇੰਨਾ ਆਪਣੇ ਜਿਹੜੇ ਦਿਲ ਦੀਆਂ ਗੱਲਾਂ ਸਾਂਝੀਆਂ ਕੀਤੀਆਂ, ਸਾਡੇ ਪ੍ਰੋਗਰਾਮ ਗੱਲਾਂ ਦਿਲ ਦੀਆਂ ਗੀਤਾਂ ਨਾਲ ਦੇ ਵਿੱਚ ਸਾਂਝੀਆਂ ਕੀਤੀਆਂ, ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ। ਅਤੇ ਜਿਵੇਂ ਕਿ ਤੁਹਾਨੂੰ ਪਤਾ ਕਿ ਅੱਜ ਅਸੀਂ ਗੱਲਬਾਤ ਕਰ ਰਹੇ ਹਾਂ ਆਪਣੇ ਉਹਨਾਂ ਕਲਾਕਾਰਾਂ ਦੇ ਨਾਲ ਜਿਹੜੇ ਕਿ ਇੱਕ ਸਫ਼ਰ ਤੈਅ ਕਰਕੇ ਆਏ ਨੇ, ਇੱਕ ਨੋਰਮਲ ਆਡੀਸ਼ਨ ਦਾ, ਉਸ ਤੋਂ ਬਾਅਦ ਸੈਮੀਫਾਈਨਲ ਦਾ, ਉਸ ਤੋਂ ਬਾਅਦ ਇੱਕ ਗ੍ਰੈਂਡ ਫਾਈਨਲ ਦਾ, ਸੈਂਸੇਸ਼ਨ ਬਾਲੀਵੁੱਡ 2018 ਦਾ ਖਿਤਾਬ ਜਿੱਤ ਕੇ ਆਏ ਹਨ। ਸੋ ਉਹ ਸੀ ਸਾਡੇ ਨਾਲ ਆਰਟਿਸਟ, ਜਿਹੜੇ ਹੁਣ ਫਿਲਹਾਲ ਵਕਤ ਹੋ ਚੁੱਕਾ ਇੱਕ ਛੋਟੇ ਜਿਹੇ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਅਸੀਂ ਇੱਕ ਹੋਰ ਆਰਟਿਸਟ ਨੂੰ ਲੈ ਕੇ ਆਵਾਂਗੇ ਜਿਹੜੇ ਕਿ MF ਦਾ ਇੱਕ ਤਰ੍ਹਾਂ ਦਾ ਹਿੱਸਾ ਬਣੇ ਨੇ ਐਜ਼ ਅ ਸਿੰਗਰ, ਜਿਹਨਾਂ ਨੂੰ ਅਵਾਰਡ ਮਿਲਿਆ, ਉਸ ਇਕੱਲੇ ਕਲਾਕਾਰ ਨੂੰ ਅਵਾਰਡ ਮਿਲਿਆ ਬੈਸਟ ਸਿੰਗਰ ਆਫ ਦਾ ਬਾਲੀਵੁੱਡ 2018 ਦਾ। ਕਿਹੜੇ ਨੇ ਉਹ ਕਲਾਕਾਰ, ਜਾਣਦੇ ਹਾਂ ਬ੍ਰੇਕ ਤੋਂ ਬਾਅਦ। ਫਿਲਹਾਲ ਵਕਤ ਹੋ ਚੁੱਕਾ ਹੈ ਬ੍ਰੇਕ ਦਾ, ਤੁਸੀਂ ਦੇਖਦੇ ਰਹੋ A1 ਮਿਊਜ਼ਿਕ। ਪਿਆਉਂ ਵੀ ਲਈਆਂ ਨੇ ਉਹ ਮਨ ਫੇਰ ਵੀ ਗੰਦਾ ਏ, ਤੇਰੇ ਨਾਮ ਦੀ ਮਹਿਮਾ ਵੀ ਰੁਜ਼ਗਾਰ ਦਾ ਧੰਦਾ ਏ। ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ, ਤੁਸੀਂ ਦੇਖ ਰਹੇ ਹੋ ਸਾਡਾ ਖਾਸ ਪ੍ਰੋਗਰਾਮ ਜਿਸਦਾ ਨਾਮ ਹੈ ਗੱਲਾਂ ਦਿਲ ਦੀਆਂ ਗੀਤਾਂ ਨਾਲ। ਗੱਲਾਂ ਚੱਲ ਰਹੀਆਂ ਨੇ ਗੀਤਾਂ ਦੀਆਂ ਅਤੇ ਦਿਲ ਦੀਆਂ, ਦਿਲ ਦੀਆਂ ਗੱਲਾਂ ਆਪਾਂ ਬੜੀਆਂ ਸਾਂਝੀਆਂ ਕੀਤੀਆਂ, ਹੁਣ ਆਪਾਂ ਗੱਲ ਕਰਾਂਗੇ ਗੀਤ ਦੀ। ਕਿਉਂਕਿ ਤੁਹਾਨੂੰ ਮੈਂ ਦੱਸਿਆ ਜਾ ਰਿਹਾ ਹਾਂ ਕਿ ਹੁਣ ਮੇਰੇ ਵਿੱਚ ਉਹ ਕਲਾਕਾਰ ਬੈਠੇ ਨੇ ਜਿਹੜੇ ਕਿ ਗਾਇਕੀ ਨਾਲ ਜੁੜੇ ਹੋਏ ਹਨ, ਇਹਨਾਂ ਨੇ ਗਾਇਕੀ ਦੇ ਵਿੱਚ ਇਹੋ ਜਿਹੀ ਪਰਫੋਰਮੈਂਸ ਪੇਸ਼ ਕੀਤੀ ਜਿਸ ਕਰਕੇ ਇਹਨਾਂ ਨੂੰ ਬੈਸਟ ਸਿੰਗਰ ਆਫ ਦਾ 2018 ਦਾ ਅਵਾਰਡ ਬਾਲੀਵੁੱਡ ਸੈਂਸੇਸ਼ਨ ਦੇ ਵਿੱਚ ਦਿੱਤਾ ਗਿਆ। MF ਫਿਲਮਸ ਪ੍ਰੋਡਕਸ਼ਨ ਵੱਲੋਂ ਕੀਤੇ ਗਏ ਅਵਾਰਡ ਦੇ ਵਿੱਚ, ਕੀਤੇ ਗਏ ਟੈਲੈਂਟ ਹੰਟ ਦੇ ਗ੍ਰੈਂਡ ਫਾਈਨਲੇ ਦੇ ਵਿੱਚ ਸੰਗਰੂਰ ਦੇ ਰਹਿਣ ਵਾਲੇ ਸਤਵਿੰਦਰ ਸਿੰਘ ਜਿਨ੍ਹਾਂ ਨੂੰ ਇਹ ਇੱਕ ਅਵਾਰਡ ਨਾਲ ਨਵਾਜਿਆ ਗਿਆ ਹੈ। ਉਹ ਆਪਾਂ ਗੱਲਬਾਤ ਕਰਦੇ ਹਾਂ ਸਤਵਿੰਦਰ ਸਿੰਘ ਨਾਲ, ਤਾਂ ਜਾਣਦੇ ਹਾਂ ਉਹਨਾਂ ਨੂੰ ਕਿਹੋ ਜਿਹਾ ਮਹਿਸੂਸ ਹੋਇਆ ਇਹ ਅਵਾਰਡ ਜਿੱਤ ਕੇ, ਜਿਹਦਾ ਨਾਮ ਹੈ ਬਾਲੀਵੁੱਡ ਦਾ ਬੈਸਟ ਸਿੰਗਰ ਆਫ ਦਾ ਈਅਰ 2018 ਦਾ ਅਵਾਰਡ। ਸਤਿ ਸ਼੍ਰੀ ਅਕਾਲ ਸਤਵਿੰਦਰ ਜੀ। ਸਤਿ ਸ਼੍ਰੀ ਅਕਾਲ ਸਰ ਜੀ, ਸਾਡੇ ਸਟੂਡੀਓ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ ਸਰ।
ਕਿਵੇਂ ਸਫ਼ਰ ਤੈਅ ਕੀਤਾ ਤੁਸੀਂ? ਆਪਣਾ ਫੇਸਬੁੱਕ 'ਤੇ ਦੇਖਿਆ ਸੀਗਾ ਅਤੇ ਮੇਰੀ ਫਰੈਂਡ ਨੇ ਦੱਸਿਆ ਕਿ ਇੱਦਾਂ ਕਰਕੇ ਮਿਸ ਐੱਮ ਐੱਫ ਫਿਲਮ ਪ੍ਰੋਡਕਸ਼ਨ ਵੱਲੋਂ ਮਿਸਟਰ ਐਂਡ ਮਿਸ ਬੋਲੀਵੁੱਡ ਸੈਂਸੇਸ਼ਨ ਦਾ ਆਡੀਸ਼ਨਸ ਹੋ ਰਹੇ ਨੇ ਅਤੇ ਪਹਿਲਾਂ ਤਾਂ ਮੈਂ ਮਨਾ ਕੀਤਾ ਉਹਨੂੰ ਮੈਂ ਨਹੀਂ ਜਾਣਾ ਵੀ ਆਪਾਂ ਕੀ ਕਰਾਂਗੇ ਜਾ ਕੇ ਵੀ ਮਤਲਬ ਫੇਕ ਹੁੰਦੇ ਆ ਬਟ ਮੇਰਾ ਫਰੈਂਡ ਇੱਦਾਂ ਦਾ ਸੀ ਕਹਿੰਦਾ ਆਪਣਾ ਜਾਣਾ ਹੀ ਜਾਣਾ ਗਾ ਅਤੇ ਉਸਨੇ ਮੈਨੂੰ ਮੋਟੀਵੇਟ ਕੀਤਾ ਅਤੇ ਮੈਂ ਅੱਜ ਇੱਥੇ ਮਿਸਟਰ ਬੋਲੀਵੁੱਡ ਸੈਂਸੇਸ਼ਨ ਦਾ ਅਵਾਰਡ ਜਿੱਤ ਕੇ ਬੈਠਾ ਤੁਹਾਡੇ ਸਾਹਮਣੇ। ਦੇਖੋ ਇਹ ਗੱਲ ਵੀ ਤੁਸੀਂ ਹੁਣ ਕਲੀਅਰ ਕਰ ਦਿੱਤੀ ਕਿ ਇਹ ਸਿਸਟਮ ਸਾਰੇ ਜਿਹੜੇ ਆਡੀਸ਼ਨਸ ਵਗੈਰਾ ਹੁੰਦੇ ਨੇ ਇਹ ਫੇਕ ਹੁੰਦੇ ਨੇ, ਲੋਕਾਂ ਨੂੰ ਇੱਕ ਤਰ੍ਹਾਂ ਦੱਸਣ ਵਾਸਤੇ ਹੁੰਦਾ। ਮੈਂ ਨਹੀਂ ਚੈਨਲ ਦਾ ਅਦਾਰਾ ਹੁੰਦੇ ਹੋਏ ਮੈਂ ਇਹ ਨਹੀਂ ਕਹਿ ਰਿਹਾ ਕਿ ਸਾਰੇ ਹੀ ਫੇਕ ਹੁੰਦੇ ਨੇ, ਕਈ ਜੈਨੂਇਨ ਵੀ ਹੁੰਦੇ ਨੇ, ਠੀਕ ਹੈ। ਜਿਵੇਂ ਤੁਸੀਂ ਪਹਿਲੇ ਆਡੀਸ਼ਨ ਦਿੱਤੇ ਹੋਣੇ, ਹੋ ਸਕਦਾ ਉਹਨਾਂ ਦਾ ਰਿਜ਼ਲਟ ਨਹੀਂ ਆਇਆ ਜਾਂ ਉਹਨਾਂ ਵਿੱਚ ਪਹਿਲਾਂ ਹੀ ਇੰਨੀ ਪਾਰਟੀਸ਼ਨ ਹੁੰਦੀ ਹੈ ਕਿ ਪਾਰਸ਼ੈਲਿਟੀ ਹੁੰਦੀ ਹੈ ਕਿ ਉਹਨੂੰ ਤੁਸੀਂ ਪਹਿਲਾਂ ਹੀ ਵਿਨਰ ਕੀਤਾ ਘੋਸ਼ਿਤ ਕੀਤਾ ਜਾਂਦਾ ਹੈਗਾ, ਬਾਅਦ 'ਚੋਂ ਸਿਰਫ ਅਨਾਊਂਸ ਕਰਨਾ ਹੁੰਦਾ ਹੈ। ਕਈ ਇਹੋ ਜਿਹੇ ਮੈਂ ਦੱਸਣਾ ਚਾਹਾਂਗਾ ਆਡੀਅੰਸ ਨੂੰ ਕਿ ਪੰਜਾਬ ਦੇ ਵਿੱਚ ਅਕਸਰ ਇਹੋ ਜਿਹੇ ਆਡੀਸ਼ਨ ਹੁੰਦੇ ਰਹਿੰਦੇ ਨੇ ਜਿਹਦੇ ਵਿੱਚ ਆਰਟਿਸਟ ਨੂੰ ਇੱਕ ਤਰ੍ਹਾਂ ਦਾ ਗੁੰਮਰਾਹ ਕੀਤਾ ਜਾਂਦਾ, ਨਾ ਉਹਨਾਂ ਨੂੰ ਕੋਈ ਕੰਮ ਦਿੱਤਾ ਜਾਂਦਾ, ਨਾ ਉਹਨਾਂ ਨੂੰ ਕੋਈ ਫਿਲਮ ਦਿੱਤੀ ਜਾਂਦੀ, ਨਾ ਉਹਨਾਂ ਨੂੰ ਕੋਈ ਕੰਮ ਦਿੱਤਾ ਜਾਂਦਾ, ਨਾ ਕੋਈ ਉਹਨਾਂ ਨਾਲ ਸ਼ੂਟ ਕੀਤਾ ਜਾਂਦਾ। ਇਹੋ ਜਿਹਾ ਮੈਂ ਇਹ ਕਲੀਅਰ ਕਰਨਾ ਚਾਹੁੰਦਾ ਕਿ ਐੱਮ ਐੱਫ ਫਿਲਮ ਪ੍ਰੋਡਕਸ਼ਨ ਨੇ ਪਹਿਲਾਂ ਇਹੋ ਜਿਹਾ ਪ੍ਰੋਜੈਕਟ ਪੰਜਾਬ ਦੇ ਵਿੱਚ ਲਾਂਚ ਕੀਤਾ ਹੈ ਜਿਹਦਾ ਉਹਨਾਂ ਨੇ ਆਡੀਸ਼ਨ ਲਿੱਤਾ। ਪਹਿਲਾਂ ਨੋਰਮਲ ਆਡੀਸ਼ਨ ਜਿਹੜਾ ਕਿ ਲੁਧਿਆਣੇ ਦੇ ਗਰਲਸ ਕਾਲਜ ਵਿੱਚ ਹੋਇਆ, ਉਸ ਤੋਂ ਬਾਅਦ ਉਹਨਾਂ ਨੇ ਸੀ ਜੀ ਸੀ ਲਾਂਟਰਾ ਦੇ ਵਿੱਚ ਸੈਮੀਫਾਈਨਾਲੇ ਕੀਤਾ, ਉਸ ਤੋਂ ਬਾਅਦ ਉਹਨਾਂ ਨੇ ਉਹਦਾ ਗ੍ਰੈਂਡ ਫਿਨਾਲੇ ਕੀਤਾ ਪੰਚਕੂਲਾ ਦੇ ਵਿੱਚ, ਜਿਹੜੀ ਦੀ ਪਰਫੋਰਮੈਂਸ ਤੁਸੀਂ ਹੁਣੇ ਦੇਖ ਸਕਦੇ ਹੋ ਅਤੇ ਕੁਝ ਦੇਰ ਪਹਿਲਾਂ ਵੀ ਦੇਖ ਕੇ ਹਟੇ ਹੋਵੋਗੇ। ਉਸ ਪਰਫੋਰਮੈਂਸ ਦੇ ਵਿੱਚ ਵੀ ਅਸੀਂ ਮੌਜੂਦ ਸੀਗੇ, ਅਸੀਂ ਸਾਰਾ ਦੇਖਿਆ। ਉਹਦੇ 'ਚ ਸਿਮਰ ਕੌਰ ਅਤੇ ਪ੍ਰਿਥਵੀ ਰਾਜ ਜੀ ਜਿਹੜੇ ਕਿ ਪ੍ਰੋਡਿਊਸਰ ਹਨ, ਉਹਨਾਂ ਨੇ ਹੁੰਮ ਹੁਮਾ ਕੇ ਪਹੁੰਚੇ ਅਤੇ ਨਾਲ ਉਹਨਾਂ ਦੇ ਨਾਲ ਪਾਰਟੀਸਪੈਂਟ ਪਹੁੰਚੇ। ਅੱਜ ਮੇਰੇ ਵਿੱਚ ਉਹ ਪਾਰਟੀਸਪੈਂਟ ਬੈਠਾ ਹੈ ਜਿਸ ਦੀ ਗਾਇਕੀ ਨੂੰ ਦੇਖਦੇ ਹੋਏ ਉਹਨੂੰ ਬੈਸਟ ਸਿੰਗਰ ਦਾ ਅਵਾਰਡ ਨਾਲ ਨਿਵਾਜਿਆ ਗਿਆ। ਆਓ ਸਭ ਤੋਂ ਪਹਿਲਾਂ ਆਪਾਂ ਉਸ ਨਾਲ ਗੱਲਬਾਤ ਕੀਤੀ ਹੈ, ਉਸਦੀ ਆਵਾਜ਼ ਵੀ ਸੁਣਦੇ ਹਾਂ। ਤੇਰੇ ਬਿਨਾਂ ਸਾਰਦੇ ਨਹੀਂ ਇਹ ਤਾਂ ਤੈਨੂੰ ਵੀ ਪਤਾ, ਕਾਤੋਂ ਦੂਰ ਦੂਰ ਰਹਿਣਾ ਕਿਹੜੀ ਹੋ ਗਈ ਇਹ ਖਤਾ, ਤੇਰਾ ਨਜ਼ਰੀ ਨਾ ਆਉਣਾ ਤੇਰਾ ਨਜ਼ਰੀ ਨਾ ਆਉਣਾ ਮੇਰੀ ਜਾਨ ਕੱਢਦਾ, ਵੇ ਤੂੰ ਰੁੱਸ ਜਾਣਾ ਜਦੋਂ ਦਿਲ ਨਹੀਂ ਓ ਲੱਗਦਾ, ਵੇ ਤੂੰ ਰੁੱਸ ਜਾਣਾ ਜਦੋਂ ਹਉ ਦਿਲ ਨਹੀਂ ਓ ਲੱਗਦਾ। ਬੜੀ ਬੜੀ ਪਿਆਰੀ ਆਵਾਜ਼ ਹੈ ਤੁਹਾਡੀ, ਬੜੀ ਇੱਕ ਮਿਠਾਸ ਹੈ ਉਸ ਆਵਾਜ਼ ਦੇ ਵਿੱਚ, ਕਿਉਂਕਿ ਇਹ ਸਿੰਗਰ ਹੀ ਜਾਣ ਸਕਦੇ ਨੇ, ਸਾਡਾ ਤਾਂ ਕੰਮ ਹੈ ਸਿਰਫ ਇੰਟਰਵਿਊ ਲੈਣਾ ਕਿਉਂਕਿ ਸਾਨੂੰ ਤਾਂ ਗਾਇਕੀ ਬਾਰੇ ਕੁਛ ਨਹੀਂ ਪਤਾ ਹੈਗਾ। ਅਤੇ ਤੁਸੀਂ ਰਿਆਜ਼ ਕਰਦੇ ਹੋ, ਕਿਸ ਤੋਂ ਸਿੱਖਦੇ ਹੋ ਤੁਸੀਂ? ਸਾਡੇ ਨੇੜੇ ਸ਼ਹਿਰ ਹੈ ਸੁਨਾਮ, ਅਤੇ ਉੱਥੇ ਉਸਤਾਦ ਸੰਦੀਪ ਜੌਲੀ ਜੀ ਕੋਲ ਸਿੱਖਦਾ ਜੀ, ਅਤੇ ਹੁਣ ਫਿਲਹਾਲ ਕਿਸੇ ਪ੍ਰੋਬਲਮ ਕਰਕੇ ਕਲਾਸਾਂ ਬੰਦ ਨੇ ਜੀ, ਬਟ ਉੱਥੋਂ ਸਿੱਖਦੇ ਜੀ। ਤੁਸੀਂ ਜਦੋਂ ਵੀ ਆਪਣੇ ਉਸਤਾਦ ਸਾਹਿਬ ਨੂੰ ਦੱਸਿਆ ਕਿ ਤੁਸੀਂ ਇਹ ਆਡੀਸ਼ਨ ਜਿਹੜਾ ਬੋਲੀਵੁੱਡ ਸੈਂਸੇਸ਼ਨ 2018 ਦੇ ਵਿੱਚ ਪਾਰਟੀਸਪੇਟ ਕਰਨ ਜਾ ਰਹੇ ਹੋ? ਅੱਛਾ, ਹੁਣ ਤੁਸੀਂ ਵਿਨਰ ਬਣ ਗਏ ਅਤੇ ਹੁਣ ਵਿਨਰ ਬਣਨ ਤੋਂ ਬਾਅਦ ਹੀ ਤੁਸੀਂ ਉਹਨਾਂ ਨੂੰ ਦੱਸੋਗੇ? ਹਾਂਜੀ ਹਾਂਜੀ ਸਰ। ਮੈਂ ਇੱਕ ਵਾਰ ਸਿੱਧੀ ਇੰਟਰਵਿਊ ਦਿਖਾਉਂਗੇ ਕਿ ਜੀ ਦੇਖੋ ਮੇਰੇ ਮੈਂ ਇੱਕ ਤਰ੍ਹਾਂ ਦਾ ਕਲਾਕਾਰ ਬਣ ਗਿਆ, ਕਲਾਕਾਰ ਹੈਗਾ, ਅਤੇ ਮੇਰੀ ਤੁਸੀਂ ਇਹ ਇੰਟਰਵਿਊ ਦੇਖੋ, ਹੈ ਨਾ? ਅੱਛਾ, ਅਤੇ ਤੁਹਾਡੇ ਫੇਵਰੇਟ ਸਿੰਗਰ ਕਿਹੜੇ ਨੇ? ਫਿਰੋਜ਼ ਖਾਨ ਜੀ, ਜਾਂ ਮਤਲਬ ਸਰਦੂਲ ਸਿਕੰਦਰ ਜੀ, ਮਾਸ਼ਾ ਅਲੀ ਜੀ, ਬਟ ਜ਼ਿਆਦਾ ਫਿਰੋਜ਼ ਖਾਨ ਜੀ ਨੂੰ ਸੁਣਦੇ ਸ਼ੁਰੂ ਤੋਂ ਹੀ। ਰੋਮਾਂਟਿਕ ਸਾਈਡ ਜੀ, ਰੋਮਾਂਟਿਕ ਸਾਈਡ ਜਿਵੇਂ ਕਲਾਸੀਕਲ ਸਿੰਗਿੰਗ ਜੀ, ਹਾਂਜੀ ਹਾਂਜੀ, ਉੱਦਾਂ ਦਾ ਜ਼ਿਆਦਾ ਇੰਟਰਸਟ ਹੈ ਜੀ ਮੇਰਾ ਸ਼ੁਰੂ ਤੋਂ ਹੀ। ਵੈਸੇ ਸ਼ੌਂਕ ਤਾਂ ਬਚਪਨ ਤੋਂ ਸੀ, ਪਹਿਲਾਂ ਮਤਲਬ ਮੈਂ ਸਟੇਜ 'ਤੇ ਜਾਣ ਤੋਂ ਥੋੜ੍ਹਾ ਜਿਹਾ ਸੰਗਦਾ ਹੁੰਦਾ ਜਿੱਦਾਂ ਆਪਾਂ ਕਹਿੰਦੇ ਹਾਂ, ਅਤੇ ਪਲੱਸ 1 ਪਲੱਸ 2 ਜਾ ਕੇ ਜ਼ਿਆਦਾਤਰ ਮੈਨੇ ਸਟੇਜਾਂ 'ਤੇ ਮਤਲਬ ਸਕੂਲ ਵਿੱਚ ਪਰਫੋਰਮੈਂਸ ਕਰਨੀ ਸ਼ੁਰੂ ਕੀਤੀ ਜੀ। ਅਤੇ ਫੈਮਲੀ ਦੀ ਕੀ ਸਪੋਰਟ ਰਹੀ? ਫੈਮਲੀ ਨੇ ਕਦੀ ਕਿਹਾ ਨਹੀਂ ਕਿ ਨਹੀਂ ਹਾਂ ਇਸ ਲਾਈਨ 'ਚ ਨਹੀਂ ਜਾਣਾ ਜਾਂ ਇਸ ਲਾਈਨ 'ਚ ਕਿਉਂ ਜਾ ਰਿਹਾ? ਫੈਮਲੀ ਸ਼ੁਰੂ ਤੋਂ ਮਤਲਬ ਪਹਿਲਾਂ ਤਾਂ ਕਹਿੰਦੇ ਸੀਗੇ ਵੀ ਕੀ ਆ ਮਤਲਬ ਕੀ ਸਿੰਗਿੰਗ, ਬਟ ਹੁਣ ਮਤਲਬ ਉਹਨਾਂ ਨੂੰ ਲੱਗਿਆ ਵੀ ਕਰਨਾ ਤਾਂ ਇਹੀ ਆ ਵੀ ਮਤਲਬ ਹੁਣ ਪੂਰੀ ਸਪੋਰਟ ਆ ਜੀ ਫੈਮਲੀ ਵੱਲੋਂ ਸਭ ਕੁਝ। ਆਡੀਸ਼ਨ ਦਿੱਤਾ ਤੁਸੀਂ, ਪਹਿਲਾ ਰਾਊਂਡ ਜਿਹੜਾ ਸੀਗਾ ਉਹ ਵੀ ਦਿੱਤਾ ਤੁਸੀਂ? ਪਹਿਲਾ ਰਾਊਂਡ ਮੈਂ ਮਤਲਬ ਚੰਡੀਗੜ੍ਹ ਦਿੱਤਾ ਸੀਗਾ ਜੀ, CGC ਲਾਂਡਰਾ ਕਾਲਜ ਜੀ, ਅਤੇ ਉਸ ਤੋਂ ਬਾਅਦ ਗ੍ਰੈਂਡ ਫਿਨਾਲੇ ਵਿੱਚ ਆਏ ਸੀਗੇ ਮੈਂ ਪੰਚਕੁਲਾ। ਹਾਂਜੀ ਹਾਂਜੀ ਸਰ। ਜਿਹੜੀ CGC ਲਾਂਡਰਾ ਦੇ ਵਿੱਚ ਤੁਸੀਂ ਪਰਫੋਰਮੈਂਸ ਦੇ ਵਿੱਚ ਕੀ ਗਾਇਆ ਸੀ? CGC ਲਾਂਡਰਾ ਵਿੱਚ ਪਹਿਲਾਂ ਤਾਂ ਮੈਂ ਮਤਲਬ ਸ਼ੁਰੂ ਵਿੱਚ ਤਾਂ ਗੁਰਾਮ ਭੁੱਲਰ ਜੀ ਦਾ ਗਾਣਾ ਗਾਇਆ ਸੀਗਾ, ਹੀਰ ਜੀ ਕੁੜੀਆਂ, ਅਤੇ ਫਿਰ ਮਤਲਬ ਜੱਜੇ ਸੀ ਸਿਮਰ ਮੈਡਮ, ਉਹਨਾਂ ਨੇ ਮੈਨੂੰ ਦੁਬਾਰਾ ਬੁਲਾਇਆ ਅਤੇ ਉਹ ਕਹਿੰਦੇ ਵੀ ਕੋਈ ਖਾਨ ਸਾਹਿਬ ਦਾ ਗਾਣਾ ਸੁਣਾਓ ਜੀ, ਫਿਰ ਮੈਂ ਖਾਨ ਸਾਹਿਬ ਜੀ ਦਾ ਸੱਜਣਾ ਰੱਬ ਦੇ ਨਾਂ ਵਰਗਾ ਉਹ ਸੁਣਾਇਆ ਜੀ, ਅਤੇ ਉੱਥੋਂ ਵੀ ਵਧੀਆ ਰਿਸਪੋਂਸ ਮਿਲਿਆ ਜੱਜਸ ਵੱਲੋਂ ਪੂਰਾ।
ਕਾਫੀ ਅੱਛਾ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ। ਜਿਵੇਂ ਇਹਨਾਂ ਨੇ ਆਪ ਹੀ ਦੱਸਿਆ ਸੀਗਾ ਕਿ ਇਹਨਾਂ ਨੇ ਖਾਨ ਸਾਹਿਬ ਦਾ ਉਹਨਾਂ ਦਾ ਗਾਣਾ ਸੁਣਾਇਆ ਸਿਮਰ ਜੀ ਨੂੰ, ਉਸ ਇਹਨਾਂ ਦੇ ਪਹਿਲੇ ਗਾਣੇ ਤੋਂ ਸੈਟਿਸਫਾਈ ਨਹੀਂ ਹੋਏ ਜਿਹੜਾ ਉਹਨੇ ਗੁਰਨਾਮ ਭੁੱਲਰ ਜੀ ਦਾ ਗਾਇਆ ਸੀਗਾ। ਮੈਂ ਉੱਥੇ ਸੀਗਾ, CGC ਲਾਂਡਰਾਂ ਦੇ ਵਿੱਚ ਹੀ ਸੀਗਾ ਜਦੋਂ ਇਹਨਾਂ ਨੂੰ ਪਰਫੋਰਮ ਕਰਨ ਦੇ ਲਈ ਦੂਜਾ ਗਾਣਾ ਗਾਉਣ ਲਈ ਕਿਹਾ ਗਿਆ, ਅਤੇ ਇਹਨਾਂ ਨੇ ਗਾਣਾ ਗਾਇਆ ਅਤੇ ਸਾਰਿਆਂ ਨੇ ਬਹੁਤ ਐਪਰੀਸ਼ੀਏਟ ਕੀਤਾ ਇਹਨਾਂ ਦੀ ਆਵਾਜ਼ ਨੂੰ, ਜਿਸ ਕਰਕੇ ਇਹਨਾਂ ਨੂੰ ਜੱਜਿਸ ਨੇ ਸਿਲੈਕਟ ਕਰਕੇ ਅਗਲੇ ਰਾਊਂਡ ਦੇ ਵਿੱਚ ਭੇਜ ਦਿੱਤਾ ਗਿਆ। ਅਗਲੇ ਰਾਊਂਡ ਦੇ ਵਿੱਚ ਗ੍ਰੈਂਡ ਫਿਨਾਲੇ ਦੇ ਵਿੱਚ ਇਹਨਾਂ ਨੂੰ ਜਿਊਰੀ ਦੇ ਨਾਲ ਹੀ ਪੂਰੀ ਆਡੀਅੰਸ ਨੇ ਸਿਲੈਕਟ ਕੀਤਾ। ਇੰਨੇ ਪਾਰਟੀਸਪੈਂਟ ਹਜ਼ਾਰਾਂ ਦੀ ਗਿਣਤੀ 'ਚੋਂ ਸਿਲੈਕਟ ਕਰਕੇ ਇਹ ਸਿਰਫ ਇਕੱਲੇ ਸਿੰਗਰ ਹੀ ਚੁਣੇ ਗਏ ਨੇ ਜਿਨ੍ਹਾਂ ਨੂੰ ਬੈਸਟ ਸਿੰਗਰ ਆਫ ਦਾ ਈਅਰ ਬਾਲੀਵੁੱਡ ਸੈਂਸੇਸ਼ਨ 2018 ਦੇ ਅਵਾਰਡ ਦੇ ਨਾਲ ਨਵਾਜਿਆ ਗਿਆ ਹੈ, ਜਿਸ ਕਰਕੇ ਅੱਜ ਸਾਡੇ ਵਿੱਚ ਸਾਡੇ ਸਟੂਡੀਓ 'ਚ ਵੀ ਮੌਜੂਦ ਹਨ ਅਤੇ ਬਹੁਤ ਜਲਦ ਤੁਸੀਂ ਇਹਨਾਂ ਨੂੰ ਵੱਡੇ ਪਰਦੇ 'ਤੇ ਵੀ ਦੇਖੋਗੇ। ਲੇਕਿਨ ਹੁਣ ਜਾਣ ਤੋਂ ਪਹਿਲਾਂ ਅਸੀਂ ਇਹਨਾਂ ਤੋਂ ਪੁੱਛਦੇ ਹਾਂ ਪ੍ਰਿਥਵੀ ਜੀ ਬਾਰੇ। ਪ੍ਰਿਥਵੀ ਜੀ ਬਾਰੇ ਅਸੀਂ ਸਾਰੇ ਆਡੀਅੰਸ ਤੋਂ ਪੁੱਛਿਆ, ਸਾਰੇ ਵੀਨਰਸ ਤੋਂ ਪੁੱਛਿਆ, ਸਾਰੇ ਪਾਰਟੀਸਪੈਂਟ ਜਿਹੜੇ ਪਾਰਟੀਸਪੈਂਟ ਵੀ ਸੀਗੇ ਜਿਹੜੇ ਵੀਨਰ ਨਹੀਂ ਬਣ ਪਾਏ ਉਹਨਾਂ ਤੋਂ ਵੀ ਅਸੀਂ ਜਾਣਦੇ ਹਾਂ, ਉਹ ਵੀ ਦੱਸਦੇ ਹਾਂ, ਕਹਿੰਦੇ ਬਹੁਤ ਵਧੀਆ ਨੇਚਰ ਹੈ, ਬਹੁਤ ਅੱਛੇ ਇਨਸਾਨ ਨੇ, ਉਹਨਾਂ ਨੇ ਕਦਮ ਚੁੱਕਿਆ, ਬੜੀ ਇੱਕ ਨਵੀਂ ਸੋਚ ਨਾਲ ਚੁੱਕਿਆ ਹੈਗਾ। ਤੁਹਾਡਾ ਕੀ ਕਹਿਣਾ ਪ੍ਰਿਥਵੀ ਜੀ? ਪ੍ਰਿਥਵੀ ਸਰ ਮਤਲਬ ਬਹੁਤ ਹੀ ਵਧੀਆ ਇਨਸਾਨ ਨੇ ਅਤੇ ਹਰ ਵਕਤ ਮੋਟੀਵੇਸ਼ਨਲ ਗੱਲਾਂ ਦੱਸਦੇ ਨੇ ਸਾਨੂੰ ਅਤੇ ਹਰ ਗੱਲ ਮਤਲਬ ਐਗਜ਼ਾਮਪਲ ਦੇ ਕੇ ਦੱਸਦੇ ਨੇ ਤਾਂ ਕਿ ਸਮਝਣ 'ਚ ਸਾਨੂੰ ਮਤਲਬ ਕੋਈ ਦਿੱਕਤ ਨਾ ਆਵੇ ਗੱਲ, ਅਤੇ ਮਤਲਬ ਇੱਦਾਂ ਹੀ ਦੱਸਦੇ ਨੇ ਵੀ ਮਤਲਬ ਪਿੱਛੇ ਨਾ ਹਟੋ ਕਦੇ ਵੀ ਅਤੇ ਅੱਗੇ ਚੱਲਦੇ ਜਾਓ। ਅਤੇ ਉੱਥੇ ਵੀ ਮਤਲਬ ਗ੍ਰੈਂਡ ਫਿਨਾਲੇ ਦੇ ਵਿੱਚ ਵੀ ਉਹਨਾਂ ਨੇ ਮਤਲਬ ਬਹੁਤ ਸਾਰੀਆਂ ਐਗਜ਼ਾਮਪਲਸ ਦਿੱਤੀਆਂ ਅਤੇ ਉਸ ਤੋਂ ਬਾਅਦ ਵੀ ਸਾਨੂੰ ਮਤਲਬ ਪਹਿਲਾਂ ਵੀ ਐਗਜ਼ਾਮਪਲਸ ਦੇ ਕੇ ਸਮਝਾਉਂਦੇ ਰਹਿੰਦੇ ਹਾਂ ਮੋਟੀਵੇਸ਼ਨਲ ਗੱਲਾਂ ਜਿੱਦਾਂ। ਜੀ ਜੀ ਯੈਸ, ਬਹੁਤ ਵਧੀਆ ਰਿਹਾ ਉਹ ਸਫ਼ਰ ਗ੍ਰੈਂਡ ਫਿਨਾਲੇ ਦਾ ਵੀ, ਅਤੇ ਇਸੇ ਤਰ੍ਹਾਂ ਮੈਂ ਦੱਸਣਾ ਚਾਹਾਂਗਾ, ਮੈਨੂੰ ਖੁਸ਼ੀ ਇਸ ਗੱਲ ਦੀ ਕਿ ਸਾਡੇ ਸ਼ੋਅ ਦਾ ਵੀ ਸਫ਼ਰ ਜਿਹੜਾ ਪ੍ਰੋਗਰਾਮ ਦਾ ਸਫ਼ਰ ਬਹੁਤ ਅੱਛਾ ਰਿਹਾ। ਅਸੀਂ ਸੱਤ ਕਲਾਕਾਰਾਂ ਨਾਲ ਗੱਲਬਾਤ ਕੀਤੀ, ਸੱਤਾਂ ਨੇ ਸਾਡਾ ਦਿਲ ਮਤਲਬ ਖੁਸ਼ ਕਰ ਦਿੱਤਾ, ਪਤਾ ਲੱਗਿਆ ਕਿ ਅੱਜ ਅਸੀਂ ਅਲੱਗ ਅਲੱਗ ਕੈਟੇਗਰੀਜ਼ ਦੇ ਕਲਾਕਾਰਾਂ ਦੇ ਨਾਲ ਬੈਠੇ ਹਾਂ, ਸਿੰਗਰ ਨਾਲ ਬੈਠੇ ਹਾਂ, ਮਾਡਲ ਨਾਲ ਬੈਠੇ ਹਾਂ, ਟੈਲੈਂਟਡ ਨਾਲ ਬੈਠੇ ਹਾਂ, ਬੈਸਟ ਐਕਟਰ ਨਾਲ ਬੈਠੇ ਹਾਂ, ਬੜੀ ਵਧੀਆ ਤੁਸੀਂ ਪਰਫੋਰਮ ਸਾਰਿਆਂ ਨੇ ਕੀਤਾ, ਜਿਸ ਕਰਕੇ ਤੁਸੀਂ ਸਾਡੇ ਵਿੱਚ ਮੌਜੂਦ ਹੋ, ਅਤੇ ਅਸੀਂ ਬਹੁਤ ਸ਼ੁਕਰਗੁਜ਼ਾਰ ਹਾਂ A1 ਦੀ ਪੂਰੀ ਟੀਮ ਵੱਲੋਂ, ਅਤੇ MF ਫਿਲਮ ਪ੍ਰੋਡਕਸ਼ਨ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਤੁਹਾਡੇ ਲਈ ਇਹ ਕਦਮ ਚੱਕਿਆ, ਜਿਸ ਕਰਕੇ ਤੁਸੀਂ ਸਾਡੇ ਸ਼ੋਅ ਦਾ ਹਿੱਸਾ ਬਣੇ ਹੋ। ਤੁਸੀਂ ਦੇਖ ਰਹੇ ਹੋ ਗੱਲਾਂ ਦਿਲ ਦੀਆਂ ਗੀਤਾਂ ਦੇ ਨਾਲ, ਅਤੇ ਅੱਜ ਅਸੀਂ ਗੱਲਬਾਤ ਕੀਤੀ ਉਹਨਾਂ ਸੱਤ ਕਲਾਕਾਰਾਂ ਦੇ ਨਾਲ ਜਿਨ੍ਹਾਂ ਦੇ ਇੰਡਸਟਰੀ ਦੇ ਵਿੱਚ ਅਜੇ ਕਦਮ ਧਰਿਆ ਹੀ ਹੈ। ਕੁਛ ਕੁ ਚਿਰਾਂ ਦੀ ਗੱਲ ਹੈ, ਯਾਨੀ ਕਿ ਕੁਛ ਮਹੀਨੇ ਜਾਂ ਕੁਛ ਸਾਲ ਦੀ ਗੱਲ ਹੈ, ਜਿਹੜੇ ਕਿ ਤੁਸੀਂ ਇਹਨਾਂ ਦੇ ਵਿੱਚੋਂ ਹੀ ਕਿਸੇ ਨੂੰ ਸਟਾਰ ਬਣਦੇ ਦੇਖੋਗੇ। ਹੋ ਸਕਦਾ ਕੋਈ ਇੱਕ ਹੀ ਨਹੀਂ, ਕਈ ਵੀ ਸਟਾਰ ਬਣ ਸਕਦੇ ਨੇ, ਕਿਉਂਕਿ ਇੱਕ ਉਹ ਕਲਾਕਾਰ ਨੇ ਜਿਨ੍ਹਾਂ ਨੇ ਅਸਲੀ ਕਲਾਕਾਰ ਦੀ ਤਰ੍ਹਾਂ ਮਿਹਨਤ ਕੀਤੀ ਹੈ, ਅਤੇ ਅੱਜ ਉਹ ਇੰਨੇ ਵੱਡੇ ਅਵਾਰਡ ਨੂੰ ਜਿੱਤ ਕੇ ਸਾਡੇ ਅੱਗੇ ਸਾਡੇ ਸਟੂਡੀਓ ਦੇ ਵਿੱਚ ਮੌਜੂਦ ਹਨ, ਜਿਨ੍ਹਾਂ ਨੇ ਸਾਨੂੰ ਇੰਟਰਵਿਊ ਦਿੱਤੀ, ਜਿਨ੍ਹਾਂ ਨੇ ਸਾਨੂੰ ਆਪਣੇ ਲਾਈਫ ਬਾਰੇ ਦੱਸਿਆ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਦੱਸਿਆ, ਜਿਨ੍ਹਾਂ ਨੇ ਹਕੀਕਤ ਬਾਰੇ ਦੱਸਿਆ, ਅਤੇ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਹੁੰਦੇ ਹੋਏ ਆਡੀਸ਼ਨਸ ਬਾਰੇ ਵੀ ਦੱਸਿਆ। ਇਹ ਗੱਲ ਬਿਲਕੁਲ ਸਾਫ਼ ਹੈ, ਅਤੇ ਮੈਂ ਇਸ ਗੱਲ ਨੂੰ ਬਿਲਕੁਲ ਮੰਨਦਾ ਕਿ ਆਡੀਸ਼ਨ ਟ੍ਰਾਂਸਪੇਰੈਂਟ ਨਹੀਂ ਹੁੰਦੇ, ਉਹਨਾਂ ਵਿੱਚ ਹਮੇਸ਼ਾ ਕੋਈ ਨਾ ਕੋਈ ਮੋਨੋਪਲੀ ਹੁੰਦੀ ਹੈ, ਚਾਹੇ ਉਹ ਕੋਈ ਵੀ ਪ੍ਰੋਡਕਸ਼ਨ ਹਾਊਸ ਹੋਵੇ ਜਾਂ ਕੁਛ ਵੀ ਹੋਵੇ, ਉਸ ਆਡੀਸ਼ਨ ਤੋਂ ਬਾਅਦ ਉਹ ਆਰਟਿਸਟ ਨੂੰ ਜਾਂ ਪਾਰਟੀਸਪੈਂਟ ਨੂੰ ਭੁੱਲ ਜਾਂਦੇ ਨੇ। ਲੇਕਿਨ ਇਹ ਪ੍ਰੋਡਕਸ਼ਨ ਹਾਊਸ ਇਹੋ ਜਿਹਾ ਹੈ, MF ਫਿਲਮਸ ਦੇ ਨਾਲ ਪ੍ਰੋਡਕਸ਼ਨ ਹਾਊਸ ਇਹੋ ਜਿਹਾ ਹੈ, ਮੈਂ ਇੱਕ ਵਾਰ ਫਿਰ ਦੁਹਰਾ ਰਿਹਾ, ਜਿਨ੍ਹਾਂ ਨੇ ਇੱਕ ਸੱਚਾਈ ਨੂੰ ਅੱਗੇ ਲੈ ਕੇ ਆਏ ਨੇ, ਇੱਕ ਅਸਲੀ ਟੈਲੈਂਟ ਨੂੰ ਅੱਗੇ ਲੈ ਕੇ ਆਏ ਨੇ, ਸਿਰਫ ਜੂਰੀ ਨੇ ਆਪਣਾ ਹੀ ਫੈਸਲਾ ਨਹੀਂ ਬਲਕਿ ਦਰਸ਼ਕਾਂ ਦੇ ਫੈਸਲੇ ਨੂੰ ਆਪਣਾ ਫੈਸਲਾ ਬਣਾਇਆ, ਅਤੇ ਦਰਸ਼ਕਾਂ ਦੇ ਫੈਸਲੇ ਨਾਲ ਆਪਣਾ ਫੈਸਲਾ ਸੁਣਾਇਆ, ਜਿਸ ਕਰਕੇ ਅੱਜ ਉਹਨਾਂ ਨੇ ਸੱਤ ਕਲਾਕਾਰਾਂ ਨੂੰ ਸਾਡੇ ਵਿੱਚ ਮੌਜੂਦ ਕੀਤਾ, ਸਾਡੇ ਨਾਲ ਬੈਠਣ ਨੂੰ, ਸਾਡੇ ਨਾਲ ਗੱਲਬਾਤ ਕਰਨ ਨੂੰ ਸਾਡੇ ਵਿੱਚ ਪੇਸ਼ ਕੀਤਾ ਹੈਗਾ। ਸੋ ਮੈਂ ਸਭ ਤੋਂ ਜ਼ਿਆਦਾ ਧੰਨਵਾਦ ਹਾਂ A1 ਮਿਊਜ਼ਿਕ ਚੈਨਲ ਦੇ CEO ਸਾਹਿਬ ਦਾ, ਜਿਨ੍ਹਾਂ ਨੇ ਐਜ਼ ਅ ਮੀਡੀਆ ਪਾਰਟਨਰ ਉਸ MF ਫਿਲਮ ਦੇ ਨਾਲ ਜੁੜੇ, ਅਤੇ ਪ੍ਰਿਥਵੀ ਰਾਜ ਕਸਾਨਾ ਜੀ ਦਾ, ਜਿਨ੍ਹਾਂ ਨੇ ਬਹੁਤ ਵੱਡਾ ਰੋਲ ਨਿਭਾਇਆ ਹੈ ਅਤੇ ਵੱਡਾ ਰੋਲ ਨਿਭਾਉਣਗੇ ਇਸ ਅਦਾਕਾਰੀ ਦੇ ਵਿੱਚ, ਇਸ ਫਿਲਮ ਇੰਡਸਟਰੀ ਦੇ ਵਿੱਚ, ਇਸ ਮੂਵੀ ਇੰਡਸਟਰੀ ਦੇ ਵਿੱਚ, ਜਾਂ ਜਿਹੜੇ ਇੱਕ ਵੈਬ ਸੀਰੀਜ਼ ਬਣਨ ਜਾ ਰਹੀਆਂ ਨੇ ਉਸ ਦੇ ਵਿੱਚ ਬਹੁਤ ਹੀ ਵਧੀਆ ਉਹਨਾਂ ਨੇ ਇੱਕ ਯੋਗਦਾਨ ਪਾਇਆ ਹੈਗਾ, ਜਿਹੜਾ ਕਿ ਪੰਜਾਬ ਨੂੰ ਇੱਕ ਨਵੀਂ ਰਾਹ ਦਿਖਾ ਰਿਹਾ ਅਤੇ ਪੰਜਾਬ ਦੇ ਵਿੱਚ ਇੱਕ ਨਵੀਂ ਲਹਿਰ ਲੈ ਕੇ ਆਊਗਾ, ਉਹ ਹੈ MF ਫਿਲਮ ਪ੍ਰੋਡਕਸ਼ਨਸ। ਸੋ ਅੱਜ ਦੇ ਲਈ ਇੰਨਾ ਹੀ, ਅਗਲੇ ਹਫ਼ਤੇ ਇੱਕ ਹੋਰ ਨਵੇਂ ਕਲਾਕਾਰ ਦੇ ਨਾਲ, ਹੋਰ ਐਪੀਸੋਡ ਦੇ ਵਿੱਚ ਹੋਰ ਨਵੇਂ ਫਿਲਮਕਾਰਾਂ ਦੇ ਨਾਲ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਦੇ ਲਈ ਤੁਸੀਂ ਮੈਨੂੰ ਅਤੇ ਮੇਰੇ ਕਲਾਕਾਰ ਇਸ ਵਕਤ ਬੈਠੇ ਨੇ ਸਤਵਿੰਦਰ ਜੀ, ਜਿਹੜੇ ਕਿ ਗਾਇਕੀ ਦੇ ਨਾਲ ਜੁੜੇ ਹੋਏ ਹਨ, ਇਹਨਾਂ ਨੂੰ ਦਿਓ ਇਜਾਜ਼ਤ। ਅਗਲੇ ਐਪੀਸੋਡ ਦੇ ਵਿੱਚ ਮਿਲਦੇ ਹਾਂ, ਦੇਖਦੇ ਰਹੋ ਗੱਲਾਂ ਦਿਲ ਦੀਆਂ ਗੀਤਾਂ ਨਾਲ, ਮਿਊਜ਼ਿਕ A1 ਮਿਊਜ਼ਿਕ ਚੈਨਲ ਅਤੇ A1 ਪੰਜਾਬੀ 'ਤੇ। ਸਤਿ ਸ਼੍ਰੀ ਅਕਾਲ।